ਮੈਂ ਮੂਰਖ ਜਾਣਿਆ ਦੂਰੀ ਹਰ ਬੇਅੰਤ ਹਉਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸ਼ੋ ਰੇ ਮੈਂ ਮੂਰਖ ਕੀ ਕੇ ਤਤਵਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸਨਾ ਪਰਿਆਰੇ ਮੈਂ ਮੂਰਖ ਕੀ ਕੇ ਤਤਵਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸਨਾ ਪਰਿਆਰੇ ਵਾਹਿਗੁਰੂ ਜੀ ਕਾ ਖਾਲਸਾ ਰਾਵੀ ਵੀ ਜੋ ਭਾਈ ਸੋਨੀ ਰਾਜਵੀਰ ਸਿੰਘ ਕਦੇ ਵੀ ਕਿਸੇ ਨਾਲ ਸ਼ਰਾਰਤ ਨਹੀਂ ਸੀ ਕਰਦਾ ਲੜਾਈ ਕਰਕੇ ਬਿਲਕੁਲ ਵੀ ਕਿਸੇ ਨਾਲ ਕਿਉਂਕਿ ਬੱਚੇ ਛੋਟੇ ਸ਼ਰਾਰਤੀ ਹੁੰਦੇ ਨੇ ਸਕੂਲ ਦੇ ਵਿੱਚ ਆਪ ਸਾਰੇ ਤੁਸੀਂ ਦੇਖਦੇ ਹੋ ਟੀਚਰ ਸਾਹਿਬਾਨ ਕਈ ਤਾਂ ਸਾਡੇ ਨਾਲ ਪੜ੍ਹਨ ਵਾਲੇ ਵੀਰ ਅਧਿਆਪਕ ਬਣ ਗਏ ਨੇ ਸੇਵਾ ਕਰਦੇ ਨੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਰਾਜਵੀਰ ਸਿੰਘ ਦਾ ਸੁਭਾਅ ਬੜਾ ਠੰਡਾ ਸੀ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਸ਼ਰਾਰਤ ਨਹੀਂ ਕਰਨੀ ਲੜਾਈ ਨਹੀਂ ਕਰਨੀ ਬੜਾ ਹੀ ਸ਼ਾਂਤਮਈ ਉਹਦਾ ਸੁਭਾਅ ਸੀ ਸੋ ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਦਾਦਾ ਜੀ ਨੇ ਸਰਦਾਰ ਰਤਨ ਸਿੰਘ ਜੀ ਜੋ ਕਾਫੀ ਸਾਲ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਿਭਾਈ ਹੈ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਮੈਂਬਰ ਸਾਹਿਬਾਂ ਰਹੇ ਨੇ ਬਾਕੀ ਜਿਵੇਂ ਆਪਾਂ ਮਾਇਆ ਪੱਖੋਂ ਕਹੀਏ ਮਾਇਆ ਪੱਖੋਂ ਵੀ ਬੜੀ ਸੇਵਾ ਇਹਨਾਂ ਦੇ ਦਾਦਾ ਜੀ ਨੇ ਰਾਜਵੀਰ ਸਿੰਘ ਦੇ ਦਾਦਾ ਜੀ ਨੇ ਬੜੀ ਸੇਵਾ ਨਿਭਾਈ ਮਾਸਟਰ ਗੁਰਮੀਤ ਸਿੰਘ ਜੀ ਇਹਨਾਂ ਦੇ ਪਿਤਾ ਜੀ ਰਾਜਵੀਰ ਸਿੰਘ ਦੇ ਪਿਤਾ ਜੀ ਮਾਸਟਰ ਗੁਰਮੀਤ ਸਿੰਘ ਜੀ ਇਹਨਾਂ ਨੇ ਕਾਫੀ ਸਾਲ ਜੋ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾਈ ਹੈ ਬਾਕੀ ਪਰਿਵਾਰ ਸਾਰਾ ਬੜਾ ਹੀ ਸਿਆਣਾ ਅਤੇ ਚੰਗੇ ਸੁਭਾਅ ਵਾਲਾ ਹੈ ਜੋ ਅੱਜ ਉਹਨਾਂ ਦੇ ਜਾਣ ਕਰਕੇ ਜੋ ਇੱਕ ਅਸਹਿ ਦੁੱਖ ਸਾਡੇ ਸਾਹਮਣੇ ਹੈ ਇਹ ਜਿਹੜੀ ਇੱਕ ਬਹੁਤ ਹੀ ਮੁਸੀਬਤ ਦੀ ਘੜੀ ਐਸੀ ਹੈ ਐਸਾ ਦੁੱਖ ਹੈ ਜਿਹੜਾ ਸਹਿਣਾ ਬੜਾ ਔਖਾ ਹੈ ਪਰ ਅੱਜ ਤੁਸੀਂ ਸਾਰੇ ਉਹਨਾਂ ਦੇ ਮਿੱਤਰ ਪਿਆਰੇ ਸਾਥੀ ਸਾਰੇ ਤੁਸੀਂ ਪਹੁੰਚੇ ਹੋ ਅੱਜ ਸਾਰੀਆਂ ਸੰਗਤਾਂ ਨੇ ਅਰਦਾਸ ਉਹੀ ਕਰੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸਤਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦਿਓ ਸੁੱਖ ਰੱਖਿਓ ਪਰਿਵਾਰ ਦੇ ਮਿਹਰਾਂ ਭਰਿਆ ਸਿਰ 'ਤੇ ਹੱਥ ਰੱਖੇ ਸਮਾਂ ਬੀਤ ਕਰਨ ਦਾ ਬਲ ਪੈਂਦਾ ਸਮਾਂ ਬਹੁਤ ਹੋ ਚੁੱਕਿਆ ਹੈ ਬੇਨਤੀ ਕਰਾਂਗੇ ਵੀ ਜਿਹੜੀਆਂ ਸੰਗਤਾਂ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਲੰਗਰ ਇੱਕ ਪਾਸੇ ਚੱਲ ਰਿਹਾ ਹੈ ਪੰਡਾਲ ਲੱਗਿਆ ਸਾਰੀਆਂ ਸੰਗਤਾਂ ਨੇ ਲੰਗਰ ਪਾਣੀ 'ਚ ਆਪਣੇ ਛੱਕੇ ਜਾਣਾ ਪਰਿਵਾਰ ਵੱਲੋਂ ਬੇਨਤੀ ਹੈ ਜ਼ਿਆਦਾ ਸਮਾਂ ਨਾ ਲਈਏ ਟੀਚਰ ਸਾਹਿਬਾਨ ਉਹਨਾਂ ਦੇ ਨਾਲ ਸਾਥੀ ਜੋ ਬੋਲਣਗੇ ਸਾਰੀਆਂ ਸੰਗਤਾਂ ਨੇ ਬੈਠੇ ਰਹਿਣਾ ਦੇਖ ਦੀ ਜਿਹੜੀ ਸੇਵਾ ਆਪਾਂ ਥੋੜ੍ਹਾ ਜਿਹਾ ਠਹਿਰ ਕੇ ਬਰਤਾਵਾਂਗੇ ਸੁਣੋ ਟੀਚਰ ਸਾਹਿਬਾਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੱਜ ਅਸੀਂ ਸਾਰੇ ਸਾਡੇ ਪਿਆਰੇ ਰਾਜਵੀਰ ਸਿੰਘ ਸੋਨੀ ਜੀ ਦੀ ਸ਼ੋਕ ਸਭਾ ਦੇ ਵਿੱਚ ਇਕੱਠੇ ਹੋਏ ਹਾਂ ਤੁਹਾਨੂੰ ਬੈਠਿਆਂ ਸਮਾਂ ਕਾਫੀ ਹੋ ਗਿਆ ਗਰਮੀ ਵੀ ਥੋੜ੍ਹੀ ਹੈ ਪਰ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਬਹੁਤ ਦੂਰੋਂ ਦੂਰੋਂ ਹਮਦਰਦ ਸੱਜਣ ਸੰਸਥਾਵਾਂ ਰਾਜਵੀਰ ਨੂੰ ਪਿਆਰ ਕਰਨ ਵਾਲੇ ਉਹਦੇ ਭਰਾਵਾਂ ਵਰਗੇ ਦੋਸਤ ਸਾਡੇ ਦਰਮਿਆਨ ਪਹੁੰਚੇ ਨੇ ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਲਿਸਟ ਮੇਰੇ ਕੋਲ ਬਹੁਤ ਲੰਬੀ ਚੌੜੀ ਆ ਜਿਹਨੂੰ ਵੀ ਸਮਾਂ ਮਿਲਣਾ ਸਮੇਂ ਦਾ ਖਿਆਲ ਰੱਖਣਾ ਕਿਉਂਕਿ ਸੰਗਤਾਂ ਕਾਫੀ ਦੇਰ ਤੋਂ ਬੈਠੀਆਂ ਨੇ ਪਰ ਦੁੱਖ ਦੀ ਘੜੀ ਹੈ ਜਿਹੜੀ ਬਹੁਤ ਵੱਡੀ ਹੈ ਅਤੇ ਮੇਰੇ ਤੋਂ ਪਹਿਲਾਂ ਦਮਦਮੀ ਟਕਸਾਲ ਵੱਲੋਂ ਬਹੁਤ ਹੀ ਸੋਹਣੀ ਬਾਣੀ ਦੀ ਵਿਆਖਿਆ ਕੀਤੀ ਗਈ ਹੈ ਉਹ ਬਹੁਤ ਵੱਡੀਆਂ ਗੱਲਾਂ ਨੇਗੀਆਂ ਇਨਸਾਨ ਅਸੀਂ ਦੁਨੀਆਦਾਰੀ ਲੋਕ ਉਹਨਾਂ ਰਸਤਿਆਂ 'ਤੇ ਚੱਲ ਨਹੀਂ ਸਕਦੇ
ਪਰ ਆਪਣੇ ਜੀਵਨ ਨੂੰ ਉਹਨਾਂ ਦੇ ਅਨੁਸਾਰ ਢਾਲ ਸਕਦੇ ਹਾਂ, ਭਾਣਾ ਮੰਨ ਸਕਦੇ ਹਾਂ, ਪਰ ਸਾਨੂੰ ਭਾਣਾ ਮੰਨਣ ਲੱਗਿਆ ਸਮਾਂ ਲੱਗਦਾ। ਗੁਰੂ ਸਾਹਿਬ ਨੇ ਤਾਂ ਆਪਣੇ ਛੋਟੇ ਛੋਟੇ ਬੱਚੇ ਬਾਰੋ ਬਾਰੀ ਬਾਹਰ ਤੇ ਉਹਨਾਂ ਦੇ ਵੱਡੇ ਜਿਗਰੇ ਸੀ, ਪਰ ਅਸੀਂ ਇਹ ਜਿਹੜਾ ਦੁਖਾਂਤ ਹੁੰਦਾ ਹੈ, ਜਿਹੜੀਆਂ ਘਟਨਾਵਾਂ ਘਟਦੀਆਂ ਨੇ, ਇਹਨੂੰ ਮੰਨਣ ਦੇ ਲਈ ਸਾਨੂੰ ਬਹੁਤ ਸਮਾਂ ਲੱਗ ਜਾਂਦਾ ਹੈ। ਸੋ ਮੈਂ ਸਾਰਿਆਂ ਤੋਂ ਪਹਿਲਾਂ ਬੇਨਤੀ ਕਰਦਾ ਮੱਖਣ ਸਿੰਘ ਤੋੜਾਵਾਲ ਜੀ, ਜੋ ETT ਟੀਚਰ ਯੂਨੀਅਨ ਦੇ ਸਵਾਈ ਆਗੂ ਨੇ, ਪਰਿਵਾਰ ਦੇ ਬਹੁਤ ਨੇੜੇ ਨੇ, ਅਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਪਿਆਰੇ ਰਾਜਵੀਰ ਸੋਨੀ ਦੀ ਜਿਹੜੀ ਜੀਵਨੀ ਹੈ ਉਹ ਸਾਡੇ ਸਾਰਿਆਂ ਨਾਲ ਸਾਂਝੀ ਕਰਨ। ਕਿਵੇਂ ਕਿਵੇਂ ਇੱਕ ਲੈਕਚਰਾਰ ਅਧਿਆਪਕ ਦਾ ਬੱਚਾ ਛੋਟੀ ਉਮਰ ਦੇ ਵਿੱਚ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਪੰਜਾਬ ਪੱਧਰ ਦੀ ਮੁਹਿੰਮ ਦੇ ਵਿੱਚ ਕਿਵੇਂ ਉਹ ਉਸ ਸਿੰਘਾਸਨ ਦਾ ਹਾਣੀ ਬਣਿਆ ਮੱਖਣ ਸਿੰਘ ਜੀ ਤੋਂ ਲੱਭ। ਪਰਮ ਸਤਿਕਾਰਯੋ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ, ਪਹੁੰਚੀਆਂ ਵੱਖ ਵੱਖ ਸ਼ਖਸੀਅਤਾਂ, ਮੇਰੇ ਵੀਰ ਦਾ ਪਰਿਵਾਰ, ਸਾਡੀ ਭੈਣ ਗੁਰਪ੍ਰੀਤ, ਪਿਤਾ ਜੀ, ਸਮੁੱਚਾ ਪਰਿਵਾਰ, ਰਿਸ਼ਤੇਦਾਰ, ਦੋਸਤ, ਵੱਖ ਵੱਖ ਭਰਾਤਰ ਜਥੇਬੰਦੀਆਂ, ਰਾਜਨੀਤਿਕ ਪਾਰਟੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ, ਮੇਰੇ ਕੋਲ ਸ਼ਬਦ ਨਹੀਂ ਆ ਰਹੇ, ਮੇਰੀ ਜੀਭ ਨਹੀਂ ਚੱਲ ਰਹੀ ਕਿ ਮੈਂ ਮੇਰੀ ਉਸ ਖੱਬੀ ਬਾਂਹ ਨੂੰ ਕਿਵੇਂ ਅਲਵਿਦਾ ਕਹਾਂ, ਕਿਵੇਂ ਅੱਜ ਉਹਨੂੰ ਵਿਛੜੀ ਆਤਮਾ ਨੂੰ ਇਹ ਸੋਚਾਂ ਕਿ ਹਾਂ ਉਹ ਅੱਜ ਮੇਰੇ ਨਾਲ ਨਹੀਂ ਹੈ। ਮੇਰੇ ਵੀਰ ਦਾ ਤੁਰ ਜਾਣਾ, ਜਿੱਥੇ ਉਹਦੇ ਪਰਿਵਾਰ ਨੂੰ ਘਾਟਾ ਪਿਆ ਨਾ, ਉੱਥੇ ਮੈਨੂੰ, ਮੇਰੀ ਜਥੇਬੰਦੀ ਨੂੰ, ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਵਿਛੜੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉੱਦਮ ਬਖਸ਼ੇ। ਤੁਸੀਂ ਦੇਖ ਹੀ ਲਿਆ ਹੋਊਗਾ, ਪੰਜਾਬ ਦੇ ਵਿੱਚ ਡੇਲੀ ਦੇ ਅੰਕੜੇ ਹੈ, ਸੈਂਕੜੇ ਰੋਜ਼ਾਨਾ ਮੌਤਾਂ ਹੁੰਦੀਆਂ ਨੇ ਭਿਆਨਕ ਸੜਕ ਹਾਦਸਿਆਂ ਵਿੱਚ, ਵੱਖ ਵੱਖ ਕਿਸਮ ਦੀਆਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ, ਪਰ ਉਹ ਵੱਖਰੇ, ਉਹ ਇੱਕ ਵੱਖਰੇ ਹੁੰਦੇ ਹੈ। ਉਹ ਕਰਮਾਂ ਵਾਲੀ ਮਾਂ ਹੁੰਦੀ ਹੈ, ਉਹ ਭਾਗਾਂ ਵਾਲਾ ਪਿਤਾ ਹੁੰਦਾ ਤੇ ਕਿਸਮਤ ਵਾਲੀ ਭੈਣ ਹੁੰਦੀ ਹੈ ਤੇ ਭਾਗਾਂ ਵਾਲੀ ਧਰਮ ਪਤਨੀ ਹੁੰਦੀ ਹੈ, ਜਿਨ੍ਹਾਂ ਦਾ ਪਰਿਵਾਰ ਸਮਾਜ ਦੇ ਲੇਖੇ ਲੱਗਦਾ ਹੈ, ਜਿਹਦਾ ਵੀਰ ਲੇਖੇ ਲੱਗਿਆ ਸਮਾਜ ਦੇ ਸਮਾਜਿਕ ਕੰਮਾਂ ਦੇ ਲਈ। ਦੁਨੀਆ ਸੈਂਕੜੇ ਲੋਕ ਮਰਦੇ ਹੈ, ਹਰੇਕ ਆਪੋ ਆਪਣੇ ਲਈ, ਪਰ ਸਾਡਾ ਸਾਥੀ ਰਾਜਵੀਰ ਉਹਨਾਂ ਅਧਿਆਪਕਾਂ ਲਈ ਆਪਣੀ ਜਾਨ ਗੁਣਵਾਰ ਕਰਕੇ ਆ ਜਿਹੜੇ ਪੰਜਾਬ ਦੇ ਸਕੂਲਾਂ ਦੇ ਵਿੱਚ ਸੇਵਾ ਨਿਭਾ ਰਹੇ ਨੇ। ਮੈਂ ਥੋੜ੍ਹੀ ਜਿਹੀ ਸ਼ਬਦਾਂ ਦੇ ਵਿੱਚ ਤੁਹਾਡੇ ਉਹਦੇ ਬਾਰੇ ਜਾਣਕਾਰੀ ਦੇਵਾਂ। 2009 ਦੇ ਵਿੱਚ ਅਸੀਂ ਆਪਣੀ ਯੂਨੀਅਨ ਵੱਲੋਂ ਰਾਜਵੀਰ ਸਿੰਘ ਹਰਿਓ ਨੂੰ ਜ਼ਿਲ੍ਹਾ ਪ੍ਰਧਾਨ ਸੰਗਰੂਰ ਦਾ ਨਿਯੁਕਤ ਕੀਤਾ। ਦਿਨ ਰਾਤ ਤਨ ਮਨ ਧਨ ਦੇ ਨਾਲ ਮਿਹਨਤ ਕੀਤੀ, ਅੱਜ ਹਰਿਓ ਪਿੰਡ ਨੂੰ ਮਾਣ ਹੋਣਾ ਚਾਹੀਦਾ ਕਿ ਹਰਿਓ ਪਿੰਡ ਦੇ ਵਿੱਚ ਜਲਾਲਾਬਾਦ, ਗੁਰਦਾਸਪੁਰ, ਫਰੀਦਕੋਟ, ਅੰਮ੍ਰਿਤਸਰ, ਜਲੰਧਰ, ਉਹ ਕੋਈ ਵੀ ਜ਼ਿਲ੍ਹਾ ਨਹੀਂ ਜਿੱਥੋਂ ਅੱਜ ਸਾਡੇ ਸਾਥੀ ਨਾ ਆਏ ਹੋਣ। ਅੱਜ ਪੂਰੇ ਪੰਜਾਬ ਦੇ ਵਿੱਚ ਹਰਿਓ ਦੁਨੀਆ ਤੋਂ ਚਲਾ ਗਿਆ, ਇਹ ਜ਼ਿਕਰ ਹੋ ਰਿਹਾ। ਨਾਮ ਕਿਸੇ ਲਈ ਮਰ ਜਾਣਾ, ਕਿਸੇ ਲਈ ਸਹਾਇਤਾ ਪਾ ਜਾਣੀਆਂ, ਇਹ ਬਹੁਤ ਵੱਡੀ ਕਿਸਮਤ ਵਾਲਿਆਂ ਦੇ ਹੱਥ ਆਉਂਦਾ, ਪਰ ਉਸ ਡਾਢੇ ਅੱਗੇ ਜ਼ੋਰ ਵੀ ਕੀਦਾ।
ਸਾਨੂੰ ਬੜੀ ਲੋੜ ਸੀ ਬਾਈ ਦੀ ਔਰ ਇਹ ਨਾ ਪੂਰਾ ਹੋਣ ਵਾਲਾ ਘਾਟਾ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਸਾਡਾ ਲੱਕ ਟੁੱਟ ਗਿਆ, 8 ਦਿਨ ਹੋ ਗਏ ਅੱਜ ਸਾਨੂੰ ਕਦੇ ਅਸੀਂ ਸੁੱਖ ਨਾਲ ਸੌਂ ਕੇ ਨਹੀਂ ਦੇਖਿਆ। ਜਦੋਂ ਕਿਸੇ ਤੋਂ ਸੁਣਦੇ ਹਾਂ ਕਿ ਰਾਜਵੀਰ ਬਹੁਤ ਚੰਗਾ ਸੀ ਤਾਂ ਸੀ ਕਹਿ ਕੇ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਕਦੇ ਆਪਦੇ ਭਰਾ ਨੂੰ ਸ਼ਰਧਾਂਜਲੀ ਭੇਟ ਕਰੂੰ। ਸਟੇਜਾਂ ਤੇ ਬੋਲਣਾ ਸੌਖਾ ਹੈ ਪਰ ਜਦੋਂ ਕਦੇ ਕਿਸੇ ਆਪਦੇ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਨਾ ਉਦੋਂ ਮਨਾਂ ਦੇ ਵਿੱਚ ਡੋਈ ਪੈ ਜਾਂਦੀ ਹੈ। ਅੱਜ ਸਾਡੀ ਰੂਹ ਕੰਬ ਰਹੀ ਹੈ ਕਿ ਰਾਜਵੀਰ ਜੇ ਕਿਤੇ ਤੂੰ ਸੁਣਦਾ ਹੈ ਨਾ ਤੇਰੇ ਜਾਣ ਦਾ ਟਾਈਮ ਨਹੀਂ ਸੀ ਵੀਰਾ, ਤੇਰੀ ਭੈਣ ਨੂੰ ਪੁੱਛ ਕੇ ਦੇਖ ਅੱਜ ਕੀ ਹਾਲ ਹੈ, ਤੇਰੇ ਪਰਿਵਾਰ ਨੂੰ ਪੁੱਛ ਕੇ ਦੇਖ ਅੱਜ ਤੇਰਾ ਕੀ ਹਾਲ ਹੈ, ਪਰ ਇਸ ਵਾਹਿਗੁਰੂ ਦਾ ਅੱਗੇ ਕਿਹਦਾ ਜ਼ੋਰ ਹੈ। ਅਸੀਂ ਸਮੁੱਚੀ ਜਥੇਬੰਦੀ ਵੱਲੋਂ ਇੱਥੇ CID ਆਈ ਹੋਈ ਹੈ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ 10 ਲੱਖ ਰੁਪਈਆ ਬਣਦਾ ਮੁਆਵਜ਼ਾ ਜਿਹੜਾ ਉਹ ਤੁਰੰਤ ਜਲਦੀ ਤੋਂ ਜਲਦੀ ਸਾਡੇ ਪਰਿਵਾਰ ਨੂੰ ਦਿੱਤਾ ਜਾਵੇ ਤੇ ਪਰਿਵਾਰ ਨੂੰ ਅਸੀਂ ਪੂਰਨ ਤੌਰ ਤੇ ਜਥੇਬੰਦੀਕ ਤੌਰ ਤੇ ਵਿਸ਼ਵਾਸ ਦਿਵਾਉਣੇ ਆ ਕਿ ਪੂਰਾ ਸਮੁੱਚਾ ਅਧਿਆਪਕ ਵਰਗ ਪਰਿਵਾਰ ਦੇ ਨਾਲ ਖੜਾ। ਇਹਨਾਂ ਕੁਝ ਬੋਲਦਾ ਸੀਮਾ ਦਾ ਜਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਦੇ ਮਾਤਾ ਪਿਤਾ ਨੇ ਕਦੀ ਇਹ ਨਹੀਂ ਸੋਚਿਆ ਸੀਗਾ ਇੱਕ ਦਿਨ ਉਹਨਾਂ ਨੂੰ ਖੁਦ ਆਪਣੇ ਲਾਡਲੇ ਦੀ ਅਰਥੀ ਨੂੰ ਮੋਢਾ ਦੇਣਾ ਪਵੇਗਾ। ਮੈਂ ਇੱਕ ਵਾਰੀ ਮੇਰੀ ਮਾਤਾ ਜੀ ਨੂੰ ਪੁੱਛਿਆ ਕਿ ਜਦੋਂ ਕਿਸੇ ਮਰਗਤ ਤੇ ਤੁਸੀਂ ਕਿਤੇ ਵੀ ਜਾਂਦੇ ਹੋ, ਉਹ ਚਾਹੇ ਪਿੰਡ ਦੇ ਵਿੱਚ ਹੋਵੇ ਚਾਹੇ ਬਾਹਰ ਹੋਵੇ, ਤਾਂ ਬਹੁਤ ਜ਼ਿਆਦਾ ਤੁਸੀਂ ਰੋਣ ਰੁਦਣ ਕਰਦੇ ਹੋ, ਤਾਂ ਉਹਦਾ ਜਵਾਬ ਸੀ ਜਿਹੜਾ ਉਹ ਕਹਿੰਦੀ ਚੰਦਰਿਆ ਤੈਨੂੰ ਕੀ ਪਤਾ, ਅਸੀਂ ਤਾਂ ਆਪਣਿਆਂ ਨੂੰ ਰੋਂਦੇ ਹਾਂ ਦੂਜਿਆਂ ਦੇ ਬਹਾਨੇ ਲੈ ਕੇ। ਇਹ ਜਿਹੜੇ ਮੌਤਾਂ ਦੇ ਦਰਦ ਨੇਗੇ, ਉਮਰਾਂ ਲੰਘ ਜਾਂਦੀਆਂ, ਬੱਚੇ ਵੱਡੇ ਹੋ ਜਾਂਦੇ ਆ, ਪਰ ਇਹ ਜਿਹੜਾ ਰੋਣ ਕਰਨਾ ਜਦੋਂ ਵੀ ਚੰਗਾ ਤੇ ਮਾੜਾ ਸਮਾਂ ਆਉਂਦਾ, ਇਹ ਜ਼ਿੰਦਗੀ ਦੇ ਨਾਲ ਹਮੇਸ਼ਾ ਪਰਿਵਾਰ ਦੇ ਵਿੱਚ ਜੁੜਿਆ ਰਹਿੰਦਾ। ਅਸੀਂ ਲੱਖ ਕੋਸ਼ਿਸ਼ਾਂ ਕਰੀਏ ਕਿ ਉਹਦਾ ਘਾਟਾ ਪੂਰਾ ਕਰ ਲਈਏ, ਪਰ ਮੈਂ ਸਮਝਦਾ ਜਿਹਦੇ ਹਿਰਦੇ ਦਾ ਟੁਕੜਾ ਜਿਸ ਪਰਿਵਾਰ ਦਾ ਮੈਂਬਰ ਚਲਾ ਜਾਂਦਾ, ਉਸ ਘਾਟੇ ਨੂੰ ਪੂਰਾ ਕਰਨਾ ਇਹ ਪਰਮਾਤਮਾ ਦੇ ਵੱਸ ਦੀ ਗੱਲ ਆ। ਅਸੀਂ ਤਾਂ ਮਨੁੱਖੀ, ਅਸੀਂ ਤਾਂ ਇਨਸਾਨੀ ਜੀਵ ਹਾਂ, ਹਮਦਰਦੀ ਜਿਤਾ ਸਕਦੇ ਹਾਂ, ਖੜ ਸਕਦੇ ਹਾਂ। ਸੋ ਮੈਂ ਬੇਨਤੀ ਕਰਦਾ ਚਮਕੌਰ ਸਿੰਘ ਜੀ ਜੋ ਸੂਬਾ ਪ੍ਰਧਾਨ ਨੇ ਗੌਰਮੈਂਟ ਟੀਚਰ ਯੂਨੀਅਨ ਦੇ, ਸਮੇਂ ਦਾ ਖਿਆਲ ਰੱਖਦੇ ਹੋਏ ਆਪਣੀ ਸ਼ਰਧਾ ਭਾਵਨਾ ਜਿਹੜੀ ਉਹ ਸੋਗ ਸੰਦੇਸ਼ ਵਿੱਚ ਜੁੜੀ ਸੰਗਤ ਨਾਲ ਸਾਂਝੀ ਕਰਦੇ ਹਾਂ। ਪਰਮ ਸਤਿਕਾਰ ਜੋ ਗੁਰੂ ਰੂਪ ਸਾਹਿਬ ਸਿੰਘ ਜੀ ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਬਹੁਤ ਕਰਨ ਵਾਲੀਆਂ ਸਾਥੀਆਂ ਨੇ ਤੁਹਾਨੂੰ ਦੱਸਿਆ, ਲੇਕਿਨ ਜਿਹੜਾ ਮੇਰਾ ਤੇ ਰਾਜਵੀਰ ਦਾ ਰਿਸ਼ਤਾ ਸੀ ਚੇਲੇ ਹੁੰਦਾ ਸੀ, ਜਦੋਂ ਉਹ ਸਾਡੇ ਸਕੂਲ ਟੀਚਿੰਗ ਪ੍ਰੈਕਟਿਸ ਕਰਨ ਆਇਆ, ਉਸ ਤੋਂ ਬਾਅਦ ਉਹ ਮੇਰੇ ਨਾਲ ਲਗਾਤਾਰ ਲੱਗਿਆ ਰਿਹਾ, ਉਹ ਤਾਂ ਲਗਾਓ, ਔਰ ਬਹੁਤ ਕੁਛ ਸਿੱਖਿਆ। ਜੋ ਰਾਜਵੀਰ ਸਿੱਖ ਹੈ ਉਹ ਕਿਥੇ ਅਲੱਗਿਆ ਯੋਧਾ ਸੀ, ਅਧਿਆਪਕਾਂ ਦਾ ਆਦਮੀ ਸੀਗਾ। ਮੈਂ ਆਪਦੇ ਕੋਲ ਕੁਝ ਨਹੀਂ ਕਹਾਂਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ, ਅਸੀਂ ਕਾਫੀ ਕੁਛ ਝੂਠ ਵੀ ਬੋਲ ਜਾਂਦੇ ਹਾਂ ਤੇ ਮੁੜ ਕੇ ਉਹਦਾ ਕੋਈ ਅਦਾ ਪਤਾ ਨਹੀਂ ਹੁੰਦਾ। ਲੇਕਿਨ ਉਸ ਦਿਨ ਦੀ ਘਟਨਾ, ਜਿਹੜੇ ਦਿਨ ਐਕਸੀਡੈਂਟ ਹੋਇਆ ਉਸ ਦਿਨ ਦੀ ਘਟਨਾ ਕੀ ਹੈ, ਗਿਆਨੀ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਹੈ, ਉਹਦੇ ਵਿੱਚ ਵੀ ਬੜਾ ਦੱਸਿਆ ਸਮਾਂ ਸਥਾਨ। ਮੈਂ ਇੱਕ ਦਿਨ ਪਹਿਲਾਂ ਮੈਨੂੰ ਕਹਿ ਦਿੱਤਾ ਵੀ ਸਾਡੀ ਮੀਟਿੰਗ ਹੈ ਕ੍ਰਿਸ਼ਨ ਕੁਮਾਰ ਦਾ, ਮੈਂ ਕਿਹਾ ਅਜੰਡਾ ਕੀ ਹੈ, ਕਹਿੰਦੀ ਸਾਡਾ ਅਜੰਡਾ ਕੋਈ BED ਦਾ ਜਾਂ ਕਿੱਦਾਂ ਹੈ। ਮੈਂ ਚਲੋ ਠੀਕ ਹੈ, ਉਸ ਦਿਨ ਮੈਂ ਵੀ ਚੰਡੀਗੜ੍ਹ ਸੀ, ਸਾਡੀ ਸਿੱਖਿਆ ਮੰਤਰੀ ਨਾਲ ਮੀਟਿੰਗ ਸੀ,
ਤਾਂ ਤਕਰੀਬਨ ਮੈਂ 6:15 ਜਦੋਂ ਲਾਂਡਰਾ ਪਹੁੰਚਣ ਲੱਗਿਆ ਤਾਂ ਮੈਨੂੰ ਕਿਹਾ ਵੀ ਸਰ ਜੀ ਤੁਸੀਂ ਦਫ਼ਤਰ 'ਚ ਸਾਨੂੰ ਕਹਿ ਦਿਓ ਵੀ ਉੱਥੇ ਤਾਂ ਅਸੀਂ 2 ਜਾਣੇ ਮੈਂ ਅਤੇ ਲਵਪ੍ਰੀਤ ਉੱਥੇ ਪੈਣਾ ਸੀ ਅੱਜ ਰਾਤ ਵੀ ਸਵੇਰਾ ਹੋ ਗਿਆ ਮੈਂ ਠੀਕ ਹੈ ਇਹਨ ਵਿੱਚ ਵੀ ਨਾ ਵਿੱਚ ਵਿਚਾਲੇ ਫੇਰ ਤੋਂ ਆ ਗਿਆ ਵੀ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਂ ਲਾਂਡਰਾ 'ਤੇ ਇਹਦੇ ਜਾਮ 'ਚ ਫਸਿਆ ਕਿਹੜੇ ਤੁਸੀਂ ਅਸੀਂ 3 ਮਿੰਟ ਕਰਕੇ ਆ ਰਹੇ ਹਾਂ ਵੀ ਅਸੀਂ ਕਿੱਥੇ ਰਹਾਂਗੇ ਤੁਸੀਂ ਸਾਨੂੰ ਨਾਲ ਲੈ ਚੱਲੋ ਬਥੇਰਾ ਕਿਹਾ ਵੀ ਕਵੇੜਾ ਹੋ ਗਿਆ ਥੋੜ੍ਹਾ ਔਖਾ ਹੈ ਚਲੋ ਮੈਂ ਕੋਈ ਗੱਲ ਨਹੀਂ ਮੈਂ ਵੇਟ ਕੀਤੀ ਪਟਿਆਲਾ ਲੰਘ ਗਿਆ ਨਦਾਮਪੁਰ ਲੰਘ ਗਿਆ ਭਵਾਨੀਗੜ੍ਹ ਆਏ ਭਵਾਨੀਗੜ੍ਹ ਆ ਕੇ ਬੱਸ ਕੋਈ ਆਉਣੀ ਸੀ ਮੈਂ ਕਿਹਾ ਤੁਸੀਂ ਮੈਨੂੰ ਮੇਰੀ ਗੱਡੀ ਲੈ ਜਾਓ ਮੈਂ ਜੇ ਮਰਜ਼ੀ ਕਰਾਂ ਉਹ ਕਹਿੰਦੇ ਨਹੀਂ ਤੁਹਾਨੂੰ ਛੱਡ ਕੇ ਜਾਵਾਂ ਚਲੋ ਠੀਕ ਹੈ ਮਤਲਬ ਤੁਹਾਨੂੰ ਦੱਸ ਰਿਹਾ ਹਕੀਕਤ ਕੀ ਹੈ ਮਿਰਕ ਪਲਾਟ ਸੰਗਰੂਰ ਕੋਲ ਆ ਕੇ ਕਹਿੰਦੇ ਸਰ ਜੀ ਅਸੀਂ ਸਲਾਮ ਵਾਲੇ ਬੋਰਡ 'ਤੇ ਆਪਾਂ 2 ਮਿੰਟ ਖੜ ਜਾਈਏ ਕੋਈ ਆ ਜੇ ਚੀਜ਼ ਅਤੇ ਅਸੀਂ ਸਲਾਮ ਸਾਡਾ ਮੁਫਤ ਸਾਹਿਬ ਖੜਾ ਮੈਂ ਕਿਹਾ ਵੀ ਦੇਖੋ ਮੈਂ ਨਹੀਂ ਜਾਣ ਦਿੰਦਾ ਨਹੀਂ ਕਹਿੰਦੇ 2 ਮਿੰਟ 2 ਮਿੰਟਾਂ ਦੇ ਕੀ 3 ਮਿੰਟ ਵੀ ਹੋਏ ਸੀ ਸਾਨੂੰ ਇੱਕ ਮੋਟਰਸਾਈਕਲ ਆ ਰਿਹਾ ਹਿੰਦੂ ਜੈਂਟਲਮੈਨ ਉਹਨੇ ਮੋਟਰਸਾਈਕਲ ਖੜਾਇਆ ਇਹਨਾਂ ਨੂੰ ਕਹਿੰਦਾ ਕਿੱਥੇ ਗਿਆ ਕਹਿੰਦਾ ਸਲਾਮ ਉਹ ਮੈਂ ਕਿਹਾ ਭਰਿਆ ਮਾਲ ਸਾਹਿਬ ਤੂੰ ਇਹਨਾਂ ਨੂੰ ਜਾਣਦਾ ਨਹੀਂ ਬੰਦੇ ਕੌਣ ਨੇ ਤੂੰ ਬਹਾਣਿਆ ਸਮਾਂ ਮਾੜਾ ਉਹ ਕਹਿੰਦਾ ਨਹੀਂ ਸਰ ਮੈਂ ਤੁਹਾਨੂੰ ਜਾਣਦਾ ਚਲੋ ਤੁਹਾਡੀ ਮਰਜ਼ੀ ਸਲਾਮ ਪਹੁੰਚੇ ਕਾਰ ਦੇ ਵਿੱਚ ਗੱਲਾਂ ਕਰਦੇ ਆ ਰਿਹਾ ਬੜੀਆਂ ਸੋਹਣੀਆਂ ਪਤਾ ਹੀ ਨਹੀਂ ਸੀ ਤਾਂ ਉੱਥੋਂ ਐਕਟਵਾ ਦੇ ਲੱਗੀ ਲਵਪ੍ਰੀਤ ਨੇ ਵੀ ਕਿਹਾ ਮੈਚ ਲੜ ਲੈ ਚਲੋ ਕਹਿੰਦਾ ਕੋਈ ਨਾ ਹੌਲੀ ਹੌਲੀ ਜਾਂਦੇ ਅਚਾਨਕ ਕਾਲਾ ਇਕੱਠਾ ਆਇਆ ਅਤੇ ਇਹਨਾਂ ਦੇ ਸਿੱਧਾ ਕੱਲਾ ਮੇਰੇ ਛੋਟੇ ਵੀ ਰਾਜਵੀਰ ਦੇ ਵਿੱਚ ਵੱਜਿਆ ਉੱਥੇ ਮੌਤ ਹੋ ਗਈ ਬੜਾ ਅਫਸੋਸ ਹੋਇਆ ਇਹ ਐਡਾ ਜ਼ੁਲਮ ਗਿਆਨੀ ਜੀ ਨੇ ਕਿਹਾ ਕੇਲ ਕਰਨ ਦੇ ਹੰਝ ਨੂੰ ਚਿੱਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਗੱਲ ਚਿੱਤ ਨਾਲ ਚੇਤੇ ਸਨ ਉਹ ਗੱਲ ਹੀ ਰੱਬ ਦੀ ਆ ਇਸੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ ਇੰਨੇ ਲੋਕ ਕਰਨਾ ਰਹੇ ਨੇ ਇੰਨਾ ਕੁਛ ਹੋ ਰਿਹਾ ਮੈਂ ਤਾਂ ਹੈਰਾਨ ਹਾਂ ਇਸ ਗੱਲ ਉੱਤੇ ਕਿ ਇਹ ਕੀ ਪਾਣਾ ਵਾਪਰ ਗਿਆ ਸੋ ਸਾਡਾ ਸਾਥੀ ਰਾਜਵੀਰ ਸਾਡੇ ਮਨਾਂ ਦੇ ਵਿੱਚ ਹੈ ਸਾਡੇ ਦਿਲ ਵਿੱਚ ਹੈ ਅਸੀਂ ਉਹਨੂੰ ਕੱਢ ਨਹੀਂ ਸਕਦੇ ਕਿਉਂਕਿ ਜਦੋਂ ਵੀ ਉਹਨਾਂ ਨੇ ਸੰਗਰੂਰ ਮੇਰੇ ਘਰ ਆਉਣਾ ਤਾਂ ਮੈਨੂੰ ਮੇਰੇ ਨਾਲ ਜਾਣਾ ਹੀ ਨਹੀਂ ਸੀ ਸੋ ਐਸਾ ਜੋੜਾ ਮਿਲਣਾ ਮੇਰੀ ਜਥੇਬੰਦੀ ਦਾ ਗੌਰਮੈਂਟ ਟੀਚਰ ਜਿਹਦੇ ਨਾਲ ਜ਼ਿਲ੍ਹੇ ਦਾ ਸੀਨੀਅਰ ਪ੍ਰਧਾਨ ਔਰ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਔਰ ਇੱਧਰ ਸਾਥੀਆਂ ਦਾ ਏਜੀਐਸ ਦਾ ਸਫਾਈ ਲੀਡਰ ਕਿੰਨੀ ਹਿੰਮਤ ਦਾ ਕੰਮ ਘਾਲ ਖਾਏ ਕਿਸ ਹੱਥੋਂ ਦੇ ਉਹ ਜੋੜਾ ਆਪਣੇ ਹੱਥੋਂ ਦਸਾਂ ਮਾਹ ਦੀ ਕਿਰਤ ਕਮਾਈ ਸਿਰਫ 5,000 ਇੱਕ ਮਿੰਟ ਤੁਹਾਡਾ ਮੈਂ ਹੋਰ ਲੈਣਾ ਕ੍ਰਿਸ਼ਨ ਕੁਮਾਰ ਨਾਲ ਉਹਨਾਂ ਦੀ ਮੀਟਿੰਗ ਉਹਨਾਂ ਨੇ ਮੈਨੂੰ ਦੱਸਿਆ ਐਡਾ ਬੇਈਮਾਨ ਕ੍ਰਿਸ਼ਨ ਕੁਮਾਰ ਸੈਕਟਰੀ ਕਹਿੰਦਾ ਤੁਹਾਡਾ ਮੈਂ ਹਾਈਕੋਰਟ ਜਾ ਕੇ ਕੇਸ ਤੁਹਾਡੇ ਵਿਰੁੱਧ ਕਹਾਂਗਾ ਵੀ ਇਹਨਾਂ ਨੂੰ ਰੱਖੋ ਨਾ ਤਾਂ ਉੱਥੇ ਰਾਜਵੀਰ ਨੇ ਡੱਟ ਕੇ ਉਹਦਾ ਮੁਕਾਬਲਾ ਕੀਤਾ ਉਹਨੂੰ ਸ਼ਬਦ ਵਾਪਸ ਲੈ ਪਏ ਇਹ ਥੋੜ੍ਹੀ ਗੱਲ ਨਹੀਂ ਕਿਉਂਕਿ ਅਫਸਰ ਸ਼ਾਹੀ ਸਰਕਾਰ ਦੇ ਉੱਤੋਂ ਦੀ ਹੈ ਸਰਕਾਰ ਅਫਸਰ ਹੈ ਮੰਤਰੀ ਸ਼ੰਤਰੀ ਕੋਈ ਨਹੀਂ ਹੈ ਇਸ ਕਰਕੇ ਕੋਈ ਨਹੀਂ ਪੁੱਛਦਾ ਸਾਥੀਓ ਅੱਜ ਅਸੀਂ ਇੱਥੇ ਪਰਲ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਸਾਥੀ ਰਾਜਵੀਰ ਦੀ ਸੋਚ 'ਤੇ ਪਹਿਰਾ ਦਈਏ ਅਤੇ ਇਕੱਠੇ ਹੋ ਕੇ ਲੜੀਏ ਤਾਂ ਕਿ ਅਸੀਂ ਉਹਨਾਂ ਨੂੰ ਆਪਦੇ ਹਿਰਦੇ ਵਿੱਚ ਵਸਾ ਕੇ ਰੱਖੀਏ ਇਹਨਾਂ ਗੱਲਾਂ ਨਾਲ ਆਪਣੀ ਜਥੇਬੰਦੀ ਗੌਰਮੈਂਟ ਟੀਚੇ ਦੇ ਪ੍ਰਗਟ ਪੰਜਾਬ ਵੱਲੋਂ ਮੈਂ ਉਸ ਮਹਾਨ ਯੋਧੇ ਨੂੰ ਸਾਧਾ ਦੇ ਪਦ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਨਾਂ 'ਚੋਂ ਅਮਰ ਪ੍ਰਤਾਪ ਸਿੰਘ ਰਜਿਸਟਰ ਡੀ ਸੀ ਸਾਹਿਬ ਸੰਗਰੂਰ ਦੇ ਉਪਕਾਰ ਸਿੰਘ ਏ ਡੀ ਸੀ ਸਾਹਿਬ ਸੰਗਰੂਰ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਜੀ ਸੁਖਪਾਲ ਸਿੰਘ ਖਹਿਰਾ ਆਪ ਦੇ ਵਿਰੋਧੀ ਧਿਰ ਦੇ ਨੇਤਾ ਨੇ ਅਮਨ ਅਰੋੜਾ ਜੀ ਆਪ ਪਾਰਟੀ ਤੋਂ ਅਮਰਵੀਰ ਸਿੰਘ ਚੈਰੀ ਜੀ ਬੇਨਰਜੀਤ ਸਿੰਘ ਗੋਲੀ ਜੀ ਡੀ ਐਸ ਪੀ ਸੁਨਾਮ ਵੀ ਐਮ ਜੱਜੀ ਜੀ ਡੀ ਐਸ ਪੀ ਸੰਗਰੂਰ ਸੰਦੀਪ ਵਡੇਰਾ ਜੀ ਡੀ ਐਸ ਪੀ ਗਗਨਦੀਪ ਸਿੰਘ ਭੁੱਲਰ ਗੁਰਪ੍ਰੀਤ ਸਿੰਘ ਓ ਐਸ ਡੀ ਸੀ ਐਮ ਪੰਜਾਬ ਬਲਕਾਰ ਸਿੰਘ ਸਿੱਧੂ ਡੀ ਆਈ ਜੀ ਸਾਹਿਬ ਚਮਕੌਰ ਸਿੰਘ ਜੀ ਸੀ ਆਈ ਡੀ ਅਫਸਰ ਇਹਨਾਂ ਤੋਂ ਸਾਨੂੰ ਸ਼ੋਕ ਮਤੇ ਪ੍ਰਾਪਤ ਹੋਏ ਹੈ ਮੇਰੇ ਤੋਂ ਪਹਿਲਾਂ ਚਮਕੌਰ ਸਿੰਘ ਜੀ ਨੇ
ਸਾਡੇ ਸਾਰਿਆਂ ਤੋਂ ਪਹਿਲਾਂ ਕਥਾ ਵਾਚਕ ਭਾਈ ਨਿਰਮਲ ਸਿੰਘ ਜੀ ਨੇ ਚਿੰਤਾ ਜ਼ਾਹਰ ਕੀਤੀ ਹੈ। ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਜਿਉਂ ਜਿਉਂ ਕੁਦਰਤ ਦਾ ਦੌਰ ਬਦਲਦਾ ਜਾ ਰਿਹਾ, ਕੁਦਰਤ ਨੇ ਸਭ ਤੋਂ ਅਨਮੋਲ ਉਤਪਤੀ ਮਨੁੱਖ ਦੀ ਇਸ ਧਰਤੀ ਦੇ ਉੱਤੇ ਕੀਤੀ ਤੇ ਇਹਦੇ ਲਈ ਹੋਰ ਹਜ਼ਾਰਾਂ ਸੈਂਕੜੇ ਜੀਵ ਜੰਤੂ ਬਨਸਪਤੀਆਂ ਇਹਦੇ ਲਈ ਪੈਦਾ ਕੀਤੀਆਂ। ਪਰ ਜਿਉਂ ਜਿਉਂ ਮਨੁੱਖ ਕੁਦਰਤ ਦਾ ਧਾਰਨ ਕਰਦਾ ਤੁਰਿਆ ਜਾ ਰਿਹਾ ਹੈ, ਇਹਨੂੰ ਚੱਲਣ ਲਈ ਹਜ਼ਾਰਾਂ ਮੀਲ ਸੈਂਕੜੇ ਮੀਲ ਚੱਲਣ ਲਈ ਇਹਨੂੰ ਦੋ ਮਜ਼ਬੂਤ ਲੱਤਾਂ ਦਿੱਤੀਆਂ, ਪਰ ਮਨੁੱਖ ਨੇ ਬਹੁਤ ਸਾਰੀਆਂ ਮਸ਼ੀਨਰੀਆਂ ਆਜ਼ਾਦ ਕਰ ਲਈਆਂ, ਉੱਡਣ ਲਈ ਜਹਾਜ਼, ਚੱਲਣ ਲਈ ਕਾਰਾਂ, ਮੋਟਰਸਾਈਕਲ। ਪਰ ਜਿਹੜੇ ਸਾਡੇ ਪਸ਼ੂ ਦੇ ਜੀਵ ਜੰਤੂ ਜਿਹੜੇ ਸਾਡੇ, ਉਹਨਾਂ ਦੇ ਅਸੀਂ ਰੱਸੇ ਲਾ ਕੇ ਉਹ ਅਵਾਰਾ ਸੜਕਾਂ 'ਤੇ ਆ ਗਏ, ਉਹ ਸਾਡੀ ਇਸ ਤਰੱਕੀ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਵਾਧਾ ਬਣੇ ਹੋਏ ਨੇ। ਉਹ ਸਾਡੇ ਪਸ਼ੂ ਜਿਹੜੇ ਕਿਸੇ ਸਮੇਂ ਸਾਡਾ ਖਾਦ ਬਣਾਉਣ ਵਾਲੀਆਂ ਫੈਕਟਰੀਆਂ ਸੀਗੀਆਂ, ਜਦੋਂ ਖਾਦ ਦੀਆਂ ਫੈਕਟਰੀਆਂ ਨਹੀਂ ਹੁੰਦੀਆਂ ਸੀ, ਜਿਨ੍ਹਾਂ ਦੇ ਸਿਰ 'ਤੇ ਸਾਡੇ ਖੇਤਾਂ ਦੇ ਵਿੱਚ ਫਸਲਾਂ ਹੁੰਦੀਆਂ ਸੀ, ਉਹ ਪਸ਼ੂ ਨੇ ਜਿਹੜੇ ਅੱਜ ਸਾਡੇ ਅਵਾਰਾ ਘੁੰਮ ਰਹੇ ਨੇ, ਉਹਨਾਂ ਦੇ ਕਾਰਨ ਜਿਹੜਾ ਸਾਡੀਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਸੋਖ ਸਵਾ ਜੀ ਦੇ ਵਿੱਚ ਅੱਜ ਅਸੀਂ ਜੁੜੇ ਹੋਏ ਹਾਂ। ਸੋ ਸਾਨੂੰ ਇਹ ਅਵਾਰਾ ਪਸ਼ੂਆਂ ਦੇ ਹੱਲ ਲਈ ਸਾਰਿਆਂ ਨੂੰ ਇਕੱਠੇ ਹੋ ਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਹੋਰ ਦੁਖਾਂਤ, ਕੋਈ ਐਸਾ ਹੋਰ ਘਟਨਾ ਨਾ ਘਟੇ, ਸਾਨੂੰ ਕੋਈ ਨਾ ਕੋਈ ਉਦਰ ਕਰਨਾ ਚਾਹੀਦਾ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਦੋਂ ਕੋਈ ਵੀ ਕਿਸੇ ਪਰਿਵਾਰ ਦੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਮੌਤ ਦੇ ਨਾਲ ਜਿਹੜਾ ਪਰਿਵਾਰ ਨੂੰ ਘਾਟਾ ਪੈਂਦਾ, ਮੈਂ ਸਮਝਦਾ ਅਗਲੀ ਇੱਕ ਪੀੜ੍ਹੀ ਹੈ ਜਿਹੜੀ ਉਸ ਘਾਟੇ ਨੂੰ ਕਦੇ ਪੂਰਾ ਨਹੀਂ ਕਰ ਸਕਦੀ, ਬਹੁਤ ਵੱਡਾ ਘਾਟਾ ਤੇ ਪਰਿਵਾਰ ਬਹੁਤ ਪਿੱਛੇ ਚਲਾ ਜਾਂਦਾ। ਮੈਂ ਬੇਨਤੀ ਕਰਦਾ ਗੁਰਦੀਪ ਸਿੰਘ ਜੀ ਕੋਟਲਾ, ਸਾਬਕਾ ਚੇਅਰਮੈਨ ਬਲਾਕ ਸਮਿਤੀ ਲਹਿਰਾ ਘਾਟਾ। ਯੁੱਗ ਯੁੱਗ ਅਟਲ ਗੁਣਾਂ ਦੇ ਸਮੁੰਦਰ, ਭਗਤਾਂ ਅਤੇ ਗੁਰੂਆਂ ਦੀ ਬਾਣੀ ਨਾਲ ਭਰਪੂਰ, ਮਨੁੱਖਤਾ ਨੂੰ ਸਹੀ ਸੇਧ ਦੇਣ ਲਈ ਮੇਰੇ ਸਾਹਿਬ ਵੱਲੋਂ ਸਾਜੇ ਨਵਾਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਸਾਡੇ ਬਹੁਤ ਹੀ ਪਿਆਰੇ ਬੱਚੇ ਕਾਕਾ ਰਾਜਵੀਰ ਸਿੰਘ ਜੀ ਦੀ ਅੰਤਮ ਅਰਦਾਸ ਉੱਪਰ ਪਹੁੰਚੇ ਹੋਏ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ, ਧਾਰਮਿਕ ਅਤੇ ਸਮਾਜਿਕ ਜਥੇਬੰਦੀ ਦੇ ਆਗੂ ਸਾਹਿਬਾਨ, ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀ ਦੇ ਆਗੂ ਸਾਹਿਬਾਨ, ਵੱਖ ਵੱਖ ਪਿੰਡਾਂ ਵਿੱਚੋਂ ਆਏ ਹੋਏ ਪੰਜ ਸਰਪੰਚ, ਨੰਬਰਦਾਰ ਸਾਹਿਬਾਨ, ਇਲਾਕਾ ਨਿਵਾਸੀ, ਰਿਸ਼ਤੇਦਾਰ, ਸਕੇ ਸੰਬੰਧੀ, ਸਮੂਹ ਨਗਰ ਨਿਵਾਸੀ, ਮੇਰੇ ਬਜ਼ੁਰਗੋ, ਭੈਣੋ, ਭਰਾਵੋ, ਮੈਂ ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜੈਕਾਰਾ ਬੁਲੰਦ ਕਰਦਾ ਹੋਇਆ ਆਪ ਸਾਰਿਆਂ ਨੂੰ ਫਤਿਹ ਅਰਜ਼ ਕਰ ਰਿਹਾ। ਫਤਿਹ ਦਾ ਜਵਾਬ ਫਤਿਹ ਵਿੱਚ ਦਿਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸ਼ਹਿਨਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸਦੇ ਉੱਠ ਜਾਏ ਦੇ ਮਹਾਂਵਾਕ ਦੇ ਅਨੁਸਾਰ। ਜੋ ਵੀ ਪ੍ਰਾਣੀ ਆਪਣੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈ ਕੇ ਇਸ ਧਰਤੀ 'ਤੇ ਪ੍ਰਵੇਸ਼ ਕਰਦਾ ਹੈ, ਉਸ ਨੇ ਇੱਕ ਨਾ ਇੱਕ ਦਿਨ ਇੱਥੋਂ ਚਲੇ ਜਾਣਾ। ਉਸੇ ਕੜੀ 'ਤੇ, ਉਸੇ ਲੜੀ ਦੇ ਤਹਿਤ ਸਾਡੇ ਬਹੁਤ ਹੀ ਪਿਆਰੇ ਬੱਚੇ ਕਾਕਾ ਰਾਜਵੀਰ ਸਿੰਘ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਬੜੀ ਤਕਲੀਫ ਦੇ ਕੇ, ਬੜਾ ਦਰਦ ਦੇ ਕੇ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ। ਰਾਜਵੀਰ ਸਿੰਘ ਦਾ ਜਾਣਾ ਹਜੇ ਬਣਦਾ ਨਹੀਂ ਸੀ, ਬਹੁਤ ਛੋਟੀ ਉਮਰ ਹੈ। ਮੌਲਾਮਾ ਦਿੰਦਾ ਸੱਚੇ ਪਾਤਸ਼ਾਹ ਨੂੰ, ਹੇ ਮੇਰੇ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਮੇਰੀ ਆਵਾਜ਼ ਸੁਣਦਾ, ਮੈਂ ਆਪਣੇ ਦੰਦੇ ਗਹਿਰਾਈਏ ਤੋਂ ਤੈਨੂੰ ਬੜਾ ਉਲਾਂਭਾ ਦਿੰਦਾ, ਤੂੰ ਐਡਾ ਵੱਡਾ ਕਹਿਰ ਕਿਉਂ ਗੁਜ਼ਾਰਦਾ ਹੁੰਦਾ ਲੋਕਾਂ 'ਤੇ, ਤੂੰ ਐਡੀ ਦਰਦ ਕਿਉਂ ਦਿੰਦਾ ਹੁੰਦਾ ਇਹਨਾਂ ਪਰਿਵਾਰਾਂ ਨੂੰ, ਇਹਨਾਂ ਬੱਚਿਆਂ ਨੂੰ, ਛੋਟੇ ਛੋਟਿਆਂ ਨੂੰ। ਅੱਜ ਪੁੱਛ ਰਾਜਵੀਰ ਦੇ ਬੱਚਿਆਂ ਨੂੰ, ਉਹ ਅੱਜ ਆਪਣਾ ਪਿਤਾ ਨੂੰ ਕਿਸ ਤਰੀਕੇ ਨਾਲ ਆਵਾਜ਼ ਮਾਰਨਗੇ, ਉਹ ਕਿਸ ਨੂੰ ਪਿਤਾ ਆ ਕੇ ਕਿਸ ਨੂੰ ਡੈਡੀ ਆ ਕੇ ਬੁਲਾਉਣਗੇ। ਅੱਜ ਉਸ ਭੈਣ ਨੂੰ ਪੁੱਛ, ਉਸ ਬੱਚੀ ਨੂੰ ਪੁੱਛ, ਉਹ ਕਿਸ ਨੂੰ ਵੀਰਾ ਕਹਿ ਕੇ ਆਵਾਜ਼ ਦੇਵੇਗੀ। ਪੁੱਛ ਉਹ ਸਰਦਾਰ ਗੁਰਮੇਲ ਸਿੰਘ ਮਾਸਟਰ ਜੀ ਨੂੰ, ਉਹ ਕਿਸ ਨੂੰ ਪੁੱਤਰ ਕਹਿ ਕੇ ਆਵਾਜ਼ ਦੇਵੇਗਾ। ਉਹ 90 ਸਾਲ ਦੇ ਬਜ਼ੁਰਗ ਸਰਦਾਰ ਰਤਨ ਸਿੰਘ ਨੂੰ ਪੁੱਛ, ਉਹ ਮਾਤਾ ਬਲਵੰਤ ਕੌਰ ਨੂੰ ਪੁੱਛ, ਉਹ ਕਿਸ ਨੂੰ ਪੋਤਰਾ ਕਹਿ ਕੇ ਆਵਾਜ਼ ਦੇ। ਉਹ ਬੀਬੀ ਗੁਰਪ੍ਰੀਤ ਕੌਰ ਜਿਸਦਾ ਸਿਰ ਦਾ ਸਾਈਂ ਤਾਈ ਖੋਹ ਲਿਆ ਸੱਚੇ ਪਾਤਸ਼ਾਹ, ਤੈਨੂੰ ਬੜਾ ਬੜਾ ਕਠੋਰ ਲਾਂਬਾ, ਤੈਨੂੰ ਉਹਦਾ ਸਿਰ ਦਾ ਸਾਈਂ ਖੋਹ ਲਿਆ। ਅੱਜ ਬੀਬੀ ਗੁਰਪ੍ਰੀਤ ਕੌਰ ਦੇ ਭਰਾਵਾਂ ਨੂੰ ਪੁੱਛ,
ਜਿਸਦੀ ਭੈਣ ਦਾ ਸੁਹਾਗ ਉਜੜ ਗਿਆ। ਇੱਥੋਂ ਬਾਅਦ ਉਲਾਂਭਾ ਅੱਜ ਦੀਆਂ ਸਰਕਾਰਾਂ ਨੂੰ, ਜਿਨ੍ਹਾਂ ਸਰਕਾਰਾਂ ਨੇ ਸਾਡੇ ਬਿਜਲੀ ਦੇ ਬਿੱਲਾਂ ਦੇ ਵਿੱਚ ਗਊ ਸੈਸ ਲਾ ਕੇ ਸਾਡੇ ਤੇ ਭਾਰ ਠੋਕਿਆ ਹੋਇਆ, ਜਿਨ੍ਹਾਂ ਸਰਕਾਰਾਂ ਨੇ ਵੱਖ ਵੱਖ ਤਰ੍ਹਾਂ ਦੇ ਟੈਕਸ ਲਾ ਕੇ ਸਾਡੇ ਲੋਕਾਂ ਦਾ ਕਚੂੰਗਰ ਕੱਢਿਆ ਹੋਇਆ, ਪਰ ਉਹ ਟੈਕਸ ਲੱਗਣ ਦੇ ਬਾਵਜੂਦ ਵੀ ਅੱਜ ਉਹ ਗਊਆਂ ਉਹ ਢੱਠੇ ਸਾਡੇ ਰਾਜਵੀਰ ਵਾਂਗੇ ਨੌਜਵਾਨ ਬੱਚਿਆਂ ਦੀਆਂ ਜਾਨਾਂ ਲੈ ਰਹੇ ਨੇ। ਲਾਹਤ ਹੈ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਪਰਿਵਾਰਾਂ ਦਾ ਕਚੂੰਬਰ ਨਿਕਲਿਆ ਹੋਇਆ। ਰਾਜਵੀਰ ਸਿੰਘ ਨਾਲ ਤੇ ਇਸ ਪਰਿਵਾਰ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਸਾਡਾ ਵਾਹ ਹੈ, ਕਿਉਂਕਿ ਰਾਜਵੀਰ ਸਿੰਘ ਬਤੌਰ AI ਤੌਰ ਤੇ ਵਲੰਟੀਅਰ ਤੌਰ ਤੇ ਜਦੋਂ ਕੰਮ ਕਰਦਾ ਹੁੰਦਾ ਸੀ ਉਸ ਵਕਤ ਸਰਕਾਰ ਨੇ, ਇਹਨਾਂ ਦੇ ਯੂਨੀਅਨ ਨੇ ਸਰਕਾਰ ਦੇ ਗਲ ਦੇ ਵਿੱਚ ਬੂਠਾ ਦਿੱਤਾ ਕਿ ਸਾਡੀ ਨਿਯੁਕਤੀ ਕੀਤੀ ਜਾਵੇ। ਬਠਿੰਡੇ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਧਰਨਾ ਲਾਇਆ, ਮੁਜ਼ਾਹਰਾ ਕੀਤਾ, ਸਰਕਾਰ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ETT ਕਰਾਈ ਜਾਵੇ। ਉਸ ਵਕਤ ਇਸ ਪਰਿਵਾਰ ਦੇ ਨਾਲ, ਰਾਜਵੀਰ ਦੇ ਨਾਲ ਸਾਡਾ ਇੱਕ ਪਰਿਵਾਰਕ ਸਾਂਝ ਪੈਦਾ ਹੋਈ, ਕਿਉਂਕਿ ਰਾਜਵੀਰ ਸਿੰਘ ਦੇ ਨਾਲ ਜੋ ਸਕੂਟਰ ਦੇ ਉੱਪਰ ਨੌਜਵਾਨ ਕਾਕਾ ਲਵਪ੍ਰੀਤ ਸਿੰਘ ਬੈਠਾ ਸੀ ਉਹ ਮੇਰਾ ਬੇਟਾ ਸੀ। ਇਹਨਾਂ ਦੀ ਬਹੁਤ ਨੇੜਲੀ ਇੱਕ ਗੂੜੀ ਦੋਸਤੀ ਹੈ। ਰਾਜਵੀਰ ਸਿੰਘ ਹਮੇਸ਼ਾ ਸਾਡੇ ਕੋਲ ਆਉਣ ਜਾਣ ਰਹਿੰਦਾ ਸੀ, ਹਮੇਸ਼ਾ ਸਾਨੂੰ ਆਪਣੇ ਬਜ਼ੁਰਗਾਂ ਵਾਂਗੂ ਪਿਆਰ ਦੇਣ ਵਾਲਾ, ਸਤਿਕਾਰ ਦੇਣ ਵਾਲਾ ਇੱਕ ਐਸਾ ਵਿਅਕਤੀ ਸੀ ਕਿ ਮੈਂ ਸ਼ਬਦਾਂ ਦੇ ਵਿੱਚ ਇਸ ਦਾ ਪੂਰਾ ਵਿਸਥਾਰ ਨਹੀਂ ਕਰ ਸਕਦਾ। ਗੱਲ ਕਰਦਾ ਕਾਲਜਾ ਮੂੰਹ ਨੂੰ ਆਉਂਦਾ, ਕਿਉਂਕਿ ਮੇਰਾ ਮੈਂ ਸਮਝਦਾ ਕਿ ਮੇਰੇ ਪਰਿਵਾਰ ਦਾ ਅੰਗ ਟੁੱਟ ਗਿਆ। ਕਦੇ ਵੀ ਕੋਈ ਪਰਿਵਾਰ ਦੇ ਵਿੱਚ ਖੁਸ਼ੀ ਗਮੀ ਆਉਣੀ, ਰਾਜਵੀਰ ਸਿੰਘ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਉਸ ਗਮੀ ਦੇ ਵਿੱਚ ਸਾਨੂੰ ਧਰਵਾਸ ਦੇਣਾ, ਖੁਸ਼ੀ ਵੀ ਆਉਣੀ, ਉਸ ਖੁਸ਼ੀ ਨੂੰ ਇਸ ਤਰੀਕੇ ਨਾਲ ਵੰਡਾਉਣਾ ਜਿਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਤੋਂ ਵੱਧ ਕੇ ਹੋਣ। ਜਦੋਂ ਰਾਜਵੀਰ ਸਿੰਘ ਹੋਰਾਂ ਨੂੰ ਨੌਕਰੀ ਤੇ ਜੁਆਇਨ ਕਰਨ ਦਾ ਮੌਕਾ ਆਇਆ, ਇਹਨਾਂ ਤੇ ਇੱਕ ਐਸਾ ਕਹਿਰ ਟੁੱਟਿਆ 60-65 ਬੱਚਿਆਂ ਤੇ, ਜਿਨ੍ਹਾਂ ਨੇ ਬਾਲਾ ਜੀ ਰਾਹੀਂ ਚੜ੍ਹਵੇ ਤੋਂ ਜਿਨ੍ਹਾਂ ਨੇ AI ਵਲੰਟੀਅਰ ਦੇ ਤੌਰ ਤੇ ਕਲਾਸਾਂ ਲਾਉਂਦੇ ਹਨ, ਉਹਨਾਂ ਦੇ ਇੱਕ ਪਹਾੜ ਟੁੱਟ ਗਿਆ ਉਸ ਵਕਤ ਕਿ ਇੱਥੋਂ ਦੇ DO ਤੇ DO ਨੇ ਕਹਿ ਦਿੱਤਾ ਕਿ ਤੁਹਾਨੂੰ ਕੋਈ ਵੀ ਨੌਕਰੀ ਦੀ ਆਰਡਰ ਨਹੀਂ ਮਿਲਣੀ। ਮੇਰੇ ਯਾਦ ਹੈ ਉਸ ਵਕਤ ਰਾਜਵੀਰ ਸਿੰਘ ਨੇ ਸ਼ਾਮ ਨੂੰ 6:30-7 ਵਜੇ ਮੈਨੂੰ ਫੋਨ ਕੀਤਾ ਕਿ ਅੰਕਲ ਜੀ ਤੁਸੀਂ ਆਓ, ਸਾਡੇ ਤੇ ਇਸ ਤਰ੍ਹਾਂ ਦਾ ਕਹਿਰ ਟੁੱਟ ਗਿਆ। ਮੈਂ ਹਨੇਰੇ ਹੋ ਕੇ ਉੱਥੇ ਪਹੁੰਚਿਆ, ਇਹਨਾਂ ਸਾਰੇ ਗਰੁੱਪ ਨੂੰ ਲੈ ਵਿੱਚ ਕੁੜੀਆਂ ਤੇ ਮੁੰਡਿਆਂ ਦੀਆਂ ਅੱਖਾਂ ਵਿੱਚ ਅੱਥਰੂ ਆਏ ਹੋਏ ਸਨ, ਕਿਉਂਕਿ ਸੈਂਕੜੇ ਤਾਦਾਦ ਵਿੱਚ ਕਿਸੇ ਨੂੰ ਨੌਕਰੀਆਂ ਦੇ ਆਰਡਰ ਮਿਲ ਜਾਣ, ਕੁਛ ਬੱਚੇ ਰਹਿ ਜਾਣ, ਉਹਨਾਂ ਦੇ ਮਨ 'ਤੇ ਕੀ ਬੀਤਦੀ ਹੈ ਉਹੀ ਜਾਣਦੇ ਹੁੰਦੇ ਆ। ਉਸ ਵਕਤ ਖੁਸ਼ੀ ਮਹਿਸੂਸ ਹੁੰਦੀ ਹੈ ਦੱਸਦੇ ਹੋਏ ਕਿ ਇਹਨਾਂ ਨੂੰ ਉਸ ਜੁਆਇਨਿੰਗ ਲੈਟਰ ਦਵਾਉਣ ਦੇ ਵਿੱਚ ਪੂਰੀ ਮਦਦ ਕਰਨ ਦੇ ਵਿੱਚ ਸਾਨੂੰ ਪੂਰਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਅਸੀਂ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਮਿਲੇ, ਉਹਨਾਂ ਨੇ DO ਨਾਲ ਗੱਲ ਕੀਤੀ, DO ਕਾਫੀ ਆਨਾਕਾਨੀ ਕਰਦੇ ਸਨ, ਫਿਰ ਉਹਨਾਂ ਨੇ ਸ਼ਕਤੀ ਆਫ ਪੰਜਾਬ ਅੰਜਲੀ ਭਾਵੜਾ ਸਨ ਉਹਨਾਂ ਨਾਲ ਗੱਲ ਕੀਤੀ, ਅਗਲੇ ਦਿਨ ਉਹਨਾਂ ਨੇ ਟਾਈਮ ਦੇ ਕੇ ਸਾਡੇ ਨਾਲ PA ਤੋੜਿਆ, ਅਸੀਂ ਰਾਤ ਨੂੰ ਨਾਨਕਿਆਂ ਵਾਲੇ ਗੁਰਦੁਆਰਾ ਸਾਹਿਬ ਰਹੇ, ਸਵੇਰੇ ਜਾ ਕੇ ਉੱਥੋਂ ਲੈਟਰ ਲੈ ਕੇ DGAC ਤੋਂ ਆ ਕੇ DO ਦਫ਼ਤਰ ਤਕਰੀਬਨ 8-9 ਵਜੇ ਆ ਕੇ ਉੱਥੇ ਇਹਨਾਂ ਦਾ ਜੋ ਇਹ ਕੰਮ ਹੈ ਇੰਨੇ ਭਰੇ ਚੜਿਆ। ਮੈਂ ਸ਼ੁਕਰਗੁਜ਼ਾਰ ਹਾਂ ਕਿ ਸੱਚੇ ਪਾਤਸ਼ਾਹ ਦਾ ਇਹਨਾਂ ਨੂੰ ਸਾਰਿਆਂ ਨੂੰ ਰੁਜ਼ਗਾਰ ਮਿਲਿਆ। ਪਰ ਇਸ ਤਰ੍ਹਾਂ ਦੁਖਦਾਈ ਘਟਨਾ ਜੋ ਪਰਿਵਾਰ 'ਤੇ ਜਿਹੜੀ ਬੀਤੀ ਹੈ, ਇੱਕ ਵਾਰ ਦੀ ਮੇਰੇ ਮੈਂ ਤੁਹਾਡਾ ਸਮਾਂ ਲੈਂਦਾ 1 ਮਿੰਟ ਲਈ। ਇੱਕ ਵਾਰ ਦੀ ਗੱਲ ਯਾਦ ਹੈ ਕਿ ਰਾਜਾ ਅਕਬਰ ਨੇ ਆਪਣੀ ਕਚਹਿਰੀ ਵਿੱਚ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਤੁਸੀਂ ਦੱਸੋ ਕਿਸ ਚੀਜ਼ ਵਿੱਚ ਬਹੁਤਾ ਭਾਰ ਹੁੰਦਾ ਹੈ, ਕਿਸ ਚੀਜ਼ ਵਿੱਚ ਬਹੁਤਾ, ਕਿਸ ਵਸਤੂ ਵਿੱਚ ਬਹੁਤਾ ਭਾਰ ਹੁੰਦਾ ਹੈ। ਕੋਈ ਵਜ਼ੀਰ ਕਹਿੰਦਾ ਪਹਾੜਾਂ ਵਿੱਚ ਭਾਰ ਹੁੰਦਾ, ਕੋਈ ਕਹਿੰਦਾ ਧਰਤੀ ਵਿੱਚ ਬਹੁਤ ਭਾਰ ਹੁੰਦਾ, ਕੋਈ ਕਹਿੰਦਾ ਪਾਣੀਆਂ ਵਿੱਚ ਬਹੁਤ ਭਾਰ ਹੁੰਦਾ, ਕੋਈ ਕਹਿੰਦਾ ਹਾਥੀਆਂ ਵਿੱਚ ਬਹੁਤ ਭਾਰ ਹੁੰਦਾ। ਉਹਦਾ ਇੱਕ ਸਿਆਣਾ ਵਜ਼ੀਰ ਉੱਠਿਆ ਵੀਰ ਵੱਲ, ਕਹਿੰਦਾ ਮਹਾਰਾਜਾ ਸਾਹਿਬ, ਭਾਰ ਤਾਂ ਉਸ ਪੁੱਤਰ ਦੀ ਅਰਥੀ ਦੇ ਵਿੱਚ ਹੁੰਦਾ ਜਿਸ ਪੁੱਤਰ ਦੀ ਅਰਥੀ ਨੂੰ ਪਿਓ ਮੋਢਾ ਦਿੰਦਾ ਹੋਵੇ। ਅੱਜ ਇੰਨਾ ਭਾਰ ਸਰਦਾਰ ਗੁਰਮੇਲ ਸਿੰਘ ਜੀ ਨੂੰ ਆਪਣੇ ਪੁੱਤਰ ਦੇ ਅਰਥੀ ਤੇ ਮੋਢਾ ਦੇ ਕੇ ਚੱਲਣ ਵਿੱਚ ਮਹਿਸੂਸ ਹੋਇਆ ਜੋ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਭਾਰ ਮਹਿਸੂਸ ਨਹੀਂ ਹੋਇਆ। ਸੋ ਮੈਂ ਇੱਕ ਵਾਰ ਫਿਰ ਸੱਚੇ ਪਾਤਸ਼ਾਹ ਨੂੰ ਉਲਾਂਭਾ ਦਿੰਦਾ ਹੋਇਆ ਕਿ ਸੱਚੇ ਪਾਤਸ਼ਾਹ, ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਕਹਿਰ ਕਦੇ ਕਿਸੇ 'ਤੇ ਨਾ ਗੁਜ਼ਾਰੀ, ਕਿ ਬੱਚਿਆਂ ਨੂੰ ਯਤੀਮ ਨਾ ਕਰੀ, ਪਿਓਾਂ ਨੂੰ ਪੁੱਤਰਾਂ ਤੋਂ ਵਾਂਝਾ ਨਾ ਕਰੀ, ਦਾਦਿਆਂ ਨੂੰ ਪੋਤਰਾਂ ਤੋਂ ਵਾਂਝਾ ਨਾ ਕਰੀ, ਕਿਸੇ ਦਾ ਸੁਹਾਗ ਨਾ ਇਸ ਤਰ੍ਹਾਂ ਉਜਾੜੀ
ਮਿਹਰ ਭਰਿਆ ਹੱਥ ਰੱਖਿਆ ਕਰ ਸੱਚੇ ਪਾਤਸ਼ਾਹ ਅਸੀਂ ਤੇਰੇ ਸਾਰੀ ਫੁਲਵਾੜੀ ਹਾਂ, ਮੈਂ ਬਹੁਤ ਸਾਮਾਂ ਨਾ ਲੈਂਦਾ ਹੋਇਆ ਇੱਕ ਵਾਰ ਫਿਰ ਉਸ ਸਾਡੇ ਪਿਆਰੇ ਨੰਨੇ ਜਿਹੇ ਬੱਚਾ ਕਾਕਾ ਰਾਜਵੀਰ ਸਿੰਘ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹੋਇਆ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਇੱਕ ਲੈਣ ਦੇ ਵਿੱਚ ਆਪਣੇ ਸ਼ਬਦਾਂ ਦੀ ਸਮਾਪਤੀ ਕਰਦਾ ਸਥਾਨ ਗ੍ਰਹਿਣ ਕਰੇਗਾ ਕਿ ਟਾਹਣੀ ਨਾਲੋਂ ਜੇ ਪੱਤਾ ਤੋੜ ਲਈਏ ਰਸ ਉਹਦੇ ਵਿੱਚ ਚੋਇਆ ਕਰੇਗਾ, ਟਾਹਣੀ ਨਾਲੋਂ ਜੇ ਪੱਤਾ ਤੋੜ ਲਈਏ ਰਸ ਉਹਦੇ ਵਿੱਚ ਚੋਇਆ ਕਰੇਗਾ। ਉਹ ਕਾਕਾ ਰਾਜਵੀਰ ਸਿਆਂ ਜਦੋਂ ਵੀ ਤੇਰੀ ਯਾਦ ਆਏਗੀ ਦਿਲ ਹੱਸਦਾ ਹੱਸਦਾ ਰੋਇਆ ਕਰੇਗਾ, ਦਿਲ ਹੱਸਦਾ ਹੱਸਦਾ ਰੋਇਆ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਮੈਂ ਸਮੁੱਚੀ ਸੋਗ ਸਭਾ ਵਿੱਚ ਜੁੜੀ ਸੰਗਤ ਦੀ ਤਕਲੀਫ ਨੂੰ ਸਮਝਦਾ, ਪਰ ਮੈਂ ਥੋੜ੍ਹਾ ਜਿਹਾ ਸਮਾਂ ਤੁਹਾਡੇ ਕੋਲੋਂ ਹੋਰ ਮੰਗਦਾਗਾ ਅਤੇ ਥੋੜ੍ਹੀ ਜਿਹੀ ਔਖ ਆਪਣੇ ਕੋਲ ਜਿਹੜੇ ਸੱਜਣ ਆਏ ਆ ਆਪਾਂ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਜ਼ਰੂਰ ਪਾਈਏ। ਸਾਡੇ ਦਰਮਿਆਨ ਕਰਮਿੰਦਰ ਸਿੰਘ ਜੀ ਪਟਿਆਲੇ ਤੋਂ ਆਏ ਨੇ, ਕੁਲਦੀਪ ਸਿੰਘ ਜੀ ਪਾਵਲਾ ਜਲੰਧਰ ਤੋਂ ਆਏ ਨੇ, ਵੀਰਪਾਲ ਕੌਰ ਸਧਾਣਾ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਦੇ ਨੇੜੇ ਆ ਜਾਣ। ਸ਼ਿਵਰਾਜ ਸਿੰਘ ਜੀ ਸਰਪੰਚ ਸਾਹਿਬ, ਹਰਵਿੰਦਰ ਸਿੰਘ ਜੀ ਦੜਵਾ, ਗੁਰਜੀਵਨ ਸਿੰਘ ਸਾਜਲੀ, ਅਵਤਾਰ ਸਿੰਘ ਜੀ ਲਹਿਰਾ, ਡਾਕਟਰ ਗੁਰਮੀਤ ਸਿੰਘ ਜੀ ਈ ਪੀ ਟੀ ਅਧਿਆਪਕ ਜੂਨੀਅਰ ਤੋਂ, ਸਰਜੀਤ ਸਿੰਘ ਅਲੀਧੇਰ ਆਏ ਨੇ, ਸੰਸਾਰ ਸਿੰਘ ਜੀ ਟੋਗਾਵਾਲ ਬਲਾਕ ਪ੍ਰਧਾਨ, ਜੰਗ ਸਿੰਘ ਜੀ ਸਤਰਾਣਾ, ਜਸਵੀਰ ਸਿੰਘ ਜੀ ਲੁੱਕੀ, ਗੁਰਦੀਪ ਸਿੰਘ ਜੀ ਬਰਨਾਲਾ, ਅਮਰਜੀਤ ਕੌਰ ਬਰਨਾਲਾ, ਜਗਸੀਤ ਝਨੇੜੀ, ਰੁਪਿੰਦਰ ਸਿੰਘ ਰਾਏ ਧਰਾਣਾ, ਸੁਨੀਲ ਕੁਮਾਰ ਯਾਦਵ, ਜੱਸੀ ਫਰੀਦਕੋਟ, ਧੀਰਜ ਕੁਮਾਰ ਮੁਕਤਸਰ ਤੋਂ ਆਏ ਨੇ, ਅਮਜਨ ਖਾਨ ਜੀ ਮਲੇਰਕੋਟਲੇ ਤੋਂ ਆਏ ਨੇ, ਕਾਂਗਰਸੀ ਆਗੂ ਸੰਦੀਪ ਸਿੰਘ ਹੈਨਰੀ ਲਹਿਰਾ ਗਾਗਾ ਤੋਂ ਆਏ ਨੇ, ਹਰਪ੍ਰੀਤ ਸਿੰਘ ਨੀਲੋਵਾਲ, ਮਾਸਟਰ ਰਣਜੀਤ ਸਿੰਘ ਜੀ ਖਾਜਲਾ, ਗੁਰਦੀਪ ਸਿੰਘ ਜੀ ਹਰਿਓ, ਜਥੇਦਾਰ ਜਰਨੈਲ ਸਿੰਘ ਜੀ, ਪ੍ਰਧਾਨ ਬਲਵਿੰਦਰ ਕੌਰ ਲਹਿਰਾ, ਜਥੇਦਾਰ ਰਘਵੀਰ ਸਿੰਘ ਜਥੇਪਲ, ਮੱਖਣ ਸਿੰਘ ਮੈਂਬਰ ਸ਼ਾਹਪੁਰ ਜੀ ਤੋਂ ਆਏ ਨੇ, ਇਸਤਰੀ ਵਿੰਗ ਹਲਕਾ ਇੰਚਾਰਜ ਲਹਿਰਾ ਗਾਗਾ, ਆਂਗਨਵਾੜੀ ਯੂਨੀਅਨ ਦੇ ਮੈਂਬਰ ਸਾਹਿਬਾਨ ਆਏ ਨੇ, ਜਰਨੈਲ ਸਿੰਘ ਜੀ ਮਿੱਠੇਵਾਲ ਤੋਂ, ਸ਼ਸ਼ੀ ਸ਼ੰਕਰ ਜੀ ਬੀ ਪੀ ਓ ਲਹਿਰਾ ਗਾਗਾ, ਦਵਿੰਦਰ ਮੁਕਤਸਰ ਤੋਂ ਪ੍ਰਧਾਨ ਐਸ ਟੀ ਆਰ ਯੂਨੀਅਨ, ਭੋਲਾ ਸਿੰਘ ਜੀ ਗੱਗੜਪੁਰ, ਮੈਂ ਇਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਹੜੇ ਇਸ ਦੁੱਖ ਦੀ ਘੜੀ ਵਿੱਚ ਅਧੇਮਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਇੱਥੇ ਆਏ ਨੇ। ਅਤੇ ਮੈਂ ਹੁਣ ਬੇਨਤੀ ਕਰਦਾ ਸਾਡੇ ਬਹੁਤ ਹੀ ਸੰਘਰਸ਼ੀ ਆਗੂ ਸਿਰਮਨ ਸਿੰਘ ਜੀ ਐੱਮ ਐੱਲ ਏ ਹਲਕਾ ਭਦੌੜ ਤੋਂ ਕਿ ਉਹ ਆਪਣੇ ਸ਼ਰਧਾਂਜਲੀ ਹੈ ਜਿਹੜੀ ਉਹ ਸਾਡੇ ਵੀਰ ਨੂੰ ਦੇਣਗੇ। ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਮੇਰੇ ਵੀਰ ਰਾਜਵੀਰ ਜੀ ਦੀ ਅੰਤਿਮ ਅਰਦਾਸ ਮੌਕੇ ਜੁੜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦਸਮ ਪਿਤਾ ਜੀ ਬੱਚੇ ਫਤਿਹ ਦੀ ਸਾਂਝ ਆਈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਔਖੀ ਘੜੀ ਇਸ ਪਰਿਵਾਰ ਦੇ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ੇ। ਬੜੇ ਲੰਬੇ ਸਮੇਂ ਤੋਂ ਸਾਂਝ ਇਸ ਜਥੇਬੰਦੀ ਨਾਲ ਜਿਸਦੇ ਵੀਰ ਜ਼ਿਲ੍ਹਾ ਪ੍ਰਧਾਨ ਨੇ, ਕਿਉਂਕਿ ਮੈਂ ਵੀ ਬੇਰੁਜ਼ਗਾਰ ਲਾਈਮੈਨ ਯੂਨੀਅਨ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਿਹਾ, ਬੜੀਆਂ ਜੇਲ੍ਹਾਂ ਡਾਂਗਾਂ ਸਰਕਾਰਾਂ ਦੇ ਤਸ਼ੱਦਦ ਤੋਂ ਕਾਫੀ ਵਾਰ ਵੀਰ ਦੇ ਨਾਲ ਸਮਾਂ ਗੁਜ਼ਾਰਿਆ, ਵਿਚਾਰ ਸਾਂਝੇ ਕੀਤੇ, ਸੋ ਬਹੁਤ ਔਖਾ ਜਿੱਥੇ ਇਹ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਉਹਨਾਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ, ਕਿਉਂਕਿ ਬਹੁਤ ਥੋੜ੍ਹੇ ਲੋਕ ਹੁੰਦੇ ਨੇ ਐਸੇ ਜਿਹੜੇ ਸਰਕਾਰਾਂ ਦੇ ਨਾਲ, ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਨਾਲ
ਚੱਕਰ ਲੈਣ ਦੀ ਸਮਰੱਥਾ ਰੱਖਦੇ ਨੇ, ਸੋਚ ਰੱਖਦੇ ਨੇ। ਸੋ ਸਲਾਮ ਕਰਦਾ ਵੀਰ ਦੀ ਸੋਚ ਨੂੰ, ਕਿਉਂਕਿ ਅੱਗੇ ਲੱਗਣਾ ਸੌਖਾ ਗਾ ਪਰ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਬਹੁਤ ਔਖਾ, ਕਿਉਂਕਿ ਪਰਿਵਾਰਾਂ ਦੇ ਹਾਲਾਤ ਨੇ ਜਿਹੜੀਆਂ ਜ਼ਿੰਮੇਵਾਰੀਆਂ ਕਬੀਲਦਾਰੀਆਂ ਉਹ ਬਹੁਤ ਦਿੱਕਤਾਂ ਜਿਹੜੀਆਂ ਉਹ ਸਹਿਣੀਆਂ ਪੈਂਦੀਆਂ ਨੇ। ਵੀਰ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਆਪਣਾ ਜਿਹੜਾ ਅਹੁਦਾ ਸੀਗਾ ਉਹ ਨਿਭਾਇਆ, ਪਰ ਇਸ ਤਰ੍ਹਾਂ ਸਾਡਾ ਵੀਰ ਇੱਕ ਘਟਨਾ ਦੇ ਵਿੱਚ ਸਾਡੇ ਤੋਂ ਵਿਛੜ ਜੂਗਾ ਸੋਚਿਆ ਨਹੀਂ ਸੀ। ਪਰ ਮੇਰੇ ਤੋਂ ਪਹਿਲਾਂ ਵੀ ਬੁਲਾਰੇ ਕਹਿ ਕੇ ਗਏ ਨੇ ਕਿ ਸਰਕਾਰਾਂ ਟੈਕਸ ਲੈ ਰਹੀਆਂ ਨੇ, ਪਰ ਉਹ ਟੈਕਸ ਜਿਹੜਾ ਉਹ ਸਾਡੇ 'ਤੇ ਨਹੀਂ ਲੱਗ ਰਿਹਾ। ਇਕੱਲੇ ਕਬੀਰ ਦੀ ਮੌਤ ਨਹੀਂ, ਰੋਜ਼ ਅਖਬਾਰਾਂ ਦੇ ਵਿੱਚ ਸੈਂਕੜੇ ਪਰਿਵਾਰਾਂ ਦੇ ਪਰਿਵਾਰ ਇਸ ਤਰ੍ਹਾਂ ਜਾਨਵਰਾਂ ਦੇ ਵਿੱਚ ਗੱਡੀਆਂ ਟਕਰਾ ਜਾਂਦੀਆਂ ਨੇ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ, ਪਰ ਸਰਕਾਰਾਂ ਇਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਹੈਗੀਆਂ। ਅੱਜ ਉਸ ਭੈਣ ਨੂੰ ਪੁੱਛ ਕੇ ਦੇਖੋ ਜਿਹਦਾ ਸਿਰ ਦਾ ਸਾਈਂ ਜਿਹੜਾ ਉਹ ਚਲਿਆ ਗਿਆ, ਉਸ ਮਾਂ ਬਾਪ ਨੂੰ ਪੁੱਛੋ ਉਹਨਾਂ ਦੇ ਦਿਲ 'ਤੇ ਕੀ ਬੀਤਰੀ ਹੋਊਗੀ। ਸਬਰ ਹੋ ਜਾਂਦਾ ਜੇ ਕੋਈ ਮਰੀਜ਼ ਹੋਵੇ, ਬਿਮਾਰੀ ਨਾਲ ਜੂਝ ਰਿਹਾ ਹੋਵੇ, ਪਰ ਇਸ ਤਰ੍ਹਾਂ ਹੱਸਦਾ ਜਿਹੜਾ ਉੱਥੋਂ ਘਰੋਂ ਗਿਆ ਅਤੇ ਖਬਰ ਮਿਲਦੀ ਆ ਕਿ ਕੁਝ ਸਮੇਂ ਬਾਅਦ ਕਿ ਉਹ ਸਾਡੇ ਵਿੱਚ ਨਹੀਂ ਹੈ, ਬਹੁਤ ਔਖਾ। ਸੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ, ਗੱਲਾਂ ਬਹੁਤ ਨੇ, ਜਜ਼ਬਾਤ ਬਹੁਤ ਦੁਖੀ ਨੇ ਕਿ ਇੱਕ ਐਸਾ ਦੀਪ ਜਿਹਨੇ ਇਸ ਹਨੇਰੇ ਦੇ ਵਿੱਚੋਂ ਇੱਕ ਰੋਸ਼ਨੀ ਦੀ ਕਿਰਨ ਆ ਜਿਹੜੀ ਉਹ ਜਗਾਈ ਹੋਈ ਸੀ ਆਪਣੇ ਉਹਨਾਂ ਸਾਥੀਆਂ ਦੇ ਲਈ ਜਿਹੜੇ ਪਿਛਲੇ 6-7 ਸਾਲਾਂ ਤੋਂ ਆਪਣੇ ਰੁਜ਼ਗਾਰ ਨੂੰ ਰੈਗੂਲਰ ਕਰਨ ਲਈ, ਪੱਕਾ ਕਰਨ ਦੇ ਲਈ ਸੰਘਰਸ਼ ਕਰ ਰਹੇ ਸੀ। ਉਹ ਦੀਪ ਆ ਜਿਹੜਾ ਉਹ ਸਾਡੇ ਵਿੱਚ ਨਹੀਂ ਰਿਹਾ, ਉਹ ਬੁੱਝ ਗਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਉਸ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ, ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦਿਓ, ਔਰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ਿਓ। ਮੈਂ ਦਿਲੋਂ ਉਸ ਵੀਰ ਨੂੰ ਸਲੂਟ ਕਰਦਾ, ਸਜਦਾ ਕਰਦਾ ਮੈਂ, ਕਿਉਂਕਿ ਮਰਨਾ ਹਰੇਕ ਨੇ, ਇੱਕ ਦਿਨ ਜਾਣਾ ਹਰੇਕ ਨੇ ਆ। ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ, ਜਿਹੜੇ ਲੋਕਾਂ ਦੇ ਲਈ, ਲੋਕਾਂ ਦੇ ਹੱਕਾਂ ਦੇ ਲਈ ਇਸ ਜਹਾਨ ਤੋਂ ਜਾਂਦੇ ਨੇ ਉਹ ਸਦੀਵੀ ਚੇਤੇ ਰਹਿੰਦੇ ਨੇ। ਸੋ ਸਾਡੇ ਦਿਲਾਂ ਦੇ ਵਿੱਚ ਸਾਡਾ ਰਾਜਵੀਰ ਹਮੇਸ਼ਾ ਜ਼ਿੰਦਾ ਰਹੇਗਾ, ਬੇਸ਼ੱਕ ਉਹ ਅੱਜ ਸਰੀਰ ਦੇ ਤੌਰ 'ਤੇ ਸਾਡੇ ਵਿੱਚ ਨਹੀਂ ਹੈ। ਸੋ ਇੰਨਾ ਕਹਿੰਦਾ ਹੋਇਆ ਮੈਂ ਆਪਣੀ ਜਗ੍ਹਾ ਲੈਣਾ। ਇੱਕ ਵਾਰੀ ਫਿਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ ਇਹ ਦੁੱਖ ਝੱਲਣ ਦਾ ਜਿਹੜਾ ਉਹ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਛ ਸ਼ੋਕ ਮਤੇ ਹੋਰ ਆਏ ਆ ਸਾਡੇ ਦਰਮਿਆਨ, ਮੈਂ 5 ਮਿੰਟਾਂ ਲਈ ਬੇਨਤੀ ਕਰਦਾ ਮੇਰੀਆਂ ਭੈਣਾਂ ਨੂੰ ਕਿ 5 ਮਿੰਟ ਲਈ ਸਾਨੂੰ ਹੋਰ ਦੇ ਦਿਓ। ਪ੍ਰੈਸ ਕਲੱਬ ਧਰਮਗੜ੍ਹ ਵੱਲੋਂ ਸ਼ੋਕ ਮਤਾ ਆਇਆ, ਅਧਿਆਪਕ ਦਲ ਪੰਜਾਬ ਵੱਲੋਂ ਵੀ ਸ਼ੋਕ ਮਤਾ ਆਇਆ, ਪੰਜਾਬ ਪੈਂਚਰ ਵੈਲਫੇਅਰ ਐਸੋਸੀਏਸ਼ਨ ਲਹਿਰਾ ਗਾਗਾ ਵੱਲੋਂ ਸ਼ੋਕ ਮਤਾ ਆਇਆ, ਜ਼ਿਲ੍ਹਾ ਪ੍ਰਧਾਨ ਰਾਜਾ ਵੀਰ ਕਲਾਂ, ਕਮੇਟੀ ਮਾਤਾ ਨੈਣਾ ਦੇਵੀ ਮੰਦਰ ਕਣਕਵਾਲ, ਜਸਵੰਤ ਸਿੰਘ ਪੰਨੂ ਸੂਬਾ ਪ੍ਰਧਾਨ, IIT ਟੀਚਰ ਯੂਨੀਅਨ, ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ, ਇਹਨਾਂ ਸਾਰਿਆਂ ਵੱਲੋਂ ਸ਼ੋਕ ਮਤੇ ਆਏ ਹੈ। ਸਾਡੇ ਦਰਮਿਆਨ ਬਲਜਿੰਦਰ ਸਿੰਘ ਜੀ ਲਾਡੀ, ਰਵਿੰਦਰ ਸਿੰਘ ਜੀ ਮਾਨ, ਸਤਿਗੁਰ ਸਿੰਘ ਜੀ ਕਦੜਿਆਣੀ, ਬਲਕਾਰ ਸਿੰਘ ਜੀ ਪਟਿਆਲਾ, ਅਧਿਆਪਕ ਆਗੂ ਜਸਵੀਰ ਸਿੰਘ ਜੀ ਵਾਲਦ ਖੁਰਦ, ਇੰਸਪੈਕਟਰ ਵਿਜੇ ਕੁਮਾਰ SHO ਲੌਂਗੋਵਾਲ, DSP ਜਸਵੀਰ ਸਿੰਘ ਜੀ ਮਹਿਲ ਕਲਾਂ ਸਾਡੇ ਦਰਮਿਆਨ ਆਏ ਨੇ। ਮੈਂ ਬੇਨਤੀ ਕਰਦਾ ਬੀਬੀ ਵੀਰਪਾਲ ਕੌਰ ਸਿਧਾਣਾ ਜੀ ਨੂੰ ਕਿ ਉਹ ਆਪਣੀ ਸ਼ਰਧਾ ਦੇ ਫੁੱਲ ਪੇਸ਼ ਕਰਨ। ਪਰਮ ਸਾਹਿਬਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੁੜੀ ਹੋਈ ਸਾਧ ਸੰਗਤ ਜੀ, ਉਹ ਵੀਰ ਰਾਜਵੀਰ ਦੀ ਆਖਰੀ ਸ਼ਰਧਾਂਜਲੀ ਦੇ ਮੌਕੇ ਅਸੀਂ ਇਕੱਠੇ ਹੋਏ ਹਾਂ। ਸਾਰੇ ਮੇਰੀਆਂ ਭੈਣਾਂ, ਮੇਰੇ ਭਰਾ, ਅੱਜ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਹਾਂ।
ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ, ਸਾਡੀ ਜਥੇਬੰਦੀ ਵੱਲੋਂ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ। ਪਰ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦੀ ਹਾਂ ਵੀ ਮੇਰਾ ਵੀਰ ਰਾਜਵੀਰ ਇਸ ਦੁਨੀਆਂ ਦੇ ਵਿੱਚ ਤਾਂ ਨਹੀਂ ਰਿਹਾ, ਉਸਦੀ ਯਾਦ, ਉਸਦੀ ਸੋਚ, ਉਸਦੀ ਸਮਝ ਜਿਹੜੀ ਸਾਨੂੰ ਸਦਾ ਝੰਜੋੜਦੀ ਰਹੂਗੀ ਤੇ ਸਾਨੂੰ ਯਾਦ ਕਰਾਉਂਦੀ ਰਹੂਗੀ ਕਿ ਸਾਡੇ ਵੀਰ ਦਾ ਸੁਪਨਾ ਕੀ ਸੀ, ਸਾਡੇ ਵੀਰ ਦੀ ਸੋਚ ਕੀ ਸੀ। ਅਸੀਂ ਉਸ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਜੋ ਸੋਚਦਾ ਸੀ ਅਖੀਰਲੇ ਸਮੇਂ ਸਾਡੇ ਨਾਲ ਅਖੀਰਲੇ ਦਿਨ ਉਹ 10 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੇ ਨਾਲ ਰਿਹਾ, ਜਿਹੜੀਆਂ ਉਹਨੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਜਿਹੜੀਆਂ ਉਹਨੇ ਸਾਡੇ ਨਾਲ ਸੁਝਾਅ ਸਾਂਝੇ ਕੀਤੇ, ਜਿਹੜੀ ਉਹਦੀ ਸੋਚ ਸਮਝ ਸਾਨੂੰ ਮਿਲੀ, ਅਸੀਂ ਉਹਨੂੰ ਸਦਾ ਜਿਉਂਦੀ ਤੇ ਜਾਗਦੀ ਰੱਖਾਂਗੇ। ਆਪਣੀ ਜਥੇਬੰਦੀ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਜਦੋਂ ਵੀ ਪਰਿਵਾਰ ਤੇ ਕੋਈ ਸਾਡੇ ਲਈ ਕੋਈ ਐ ਲੱਗਦਾ ਵੀ ਇੱਥੇ ਸਾਡੇ ਲਈ ਜਥੇਬੰਦੀ ਖੜੀ ਹੋਵੇ, ਸਦਾ ਦਿਨ ਰਾਤ ਸਾਡੀ ਜਥੇਬੰਦੀ ਪਰਿਵਾਰ ਦੇ ਲਈ ਹਾਜ਼ਰ ਹੈ। ਸਾਡੇ ਵੀਰ ਦਾ ਘਾਟਾ ਪਰਿਵਾਰ ਨੂੰ ਪੂਰਾ ਨਹੀਂ ਕਰਕੇ ਦੇ ਸਕਦੇ, ਪਰ ਅਸੀਂ ਪਰਿਵਾਰ ਦੇ ਲਈ ਸਦਾ ਹਾਜ਼ਰ ਹਾਂ। ਜਿੰਨਾ ਘਾਟਾ ਪਰਿਵਾਰ ਨੂੰ ਪਿਆ ਸਾਡੀ ਜਥੇਬੰਦੀ ਨੂੰ ਉਦੋਂ ਕਿਤੇ ਵੱਡਾ ਘਾਟਾ ਪਿਆ ਜਿਹੜਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ। ਇੱਕ ਵਾਰ ਫਿਰ ਵੀਰ ਰਾਜਵੀਰ ਨੂੰ ਸਰਦਾ ਦੇ ਫੁੱਲ ਭੇਂਟ ਕਰਦੀ ਹੋਈ ਆਪਣਾ ਸਥਾਨ ਗ੍ਰਹਿਣ ਕਰਦੀ। ਧੰਨਵਾਦ। ਮੈਂ ਪਰਿਵਾਰ ਨੂੰ ਬੇਨਤੀ ਕਰਦਾ ਕਿ ਮਰਹੂਮ ਰਾਜਵੀਰ ਦੀ ਸਤਿਕਾਰਤ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਜੀ, ਮਾਤਾ ਜਸਵੰਤ ਕੌਰ ਜੀ ਤੇ ਸਤਿਕਾਰਯੋਗ ਪਿਤਾ ਜੀ ਲੈਕਚਰਾਰ ਗੁਰਮੇਲ ਸਿੰਘ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਣ, ਅਤੇ ਇਸਦੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਪਰਿਵਾਰ ਦੇ ਸੁਨੇਹੀ ਪਰਿਵਾਰ ਦੇ ਰਿਸ਼ਤੇਦਾਰ ਰਵਿੰਦਰ ਸਿੰਘ ਢਿੱਲੋਂ ਵਿੱਕੀ ਬਾਬਾ ਜੀ ਜੋ ਸਮਾਜ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਜੁੜੇ ਹੋਏ ਨੇ ਉਹ ਸ਼ਰਧਾ ਦੇ ਫੁੱਲ ਭੇਟ ਕਰਨ 'ਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ। ਉਸ ਤੋਂ ਪਹਿਲਾਂ ਮੇਰੇ ਕੋਲ ਇੱਕ ਸ਼ੋਕ ਮਤਾ ਆਇਆ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਚਾਰ ਵਿੰਗ ਦੇ ਪ੍ਰਧਾਨ ਸਟੇਟ ਮਾੜੀ ਗਿਆਨੀ ਪਿਆਰਾ ਸਿੰਘ ਜੀ ਜੋ ਸ਼ੋਕ ਮਤਾ ਲੈ ਕੇ ਖੁਦ ਪਹੁੰਚੇ ਨੇ, ਜਿਨ੍ਹਾਂ ਨੇ ਹੋਰ ਦੁੱਖ ਜ਼ਾਹਰ ਕੀਤਾ ਹੈਗਾ ਇਹਨਾਂ ਬੇਭਗਤੀ ਮੌਤਾਂ ਦੇ ਜੋ ਭਾਣੇ ਤੋਂ ਬਾਹਰ ਨੇ। ਭਾਣਾ ਮੰਨਿਆ ਜਾਂਦਾ ਜਦੋਂ ਬੰਦਾ ਉਮਰ ਭੋਗ ਲੈਂਦਾ, ਪਰ ਜਦੋਂ ਸਾਡੀਆਂ ਛੋਟੀਆਂ ਛੋਟੀਆਂ ਸਮਾਜਿਕ ਕੁਤਾਈਆਂ ਕਰਕੇ ਕੋਈ ਬੇਭਗਤੀ ਮੌਤਾਂ ਜਾਂ ਹੁੰਦੀਆਂ ਨੇ ਤਾਂ ਉਹ ਭਾਣੇ ਤੋਂ ਬਾਹਰ ਹੋ ਜਾਂਦੀਆਂ ਨੇ। ਮੈਂ ਬੇਨਤੀ ਕਰਦਾ ਕਿ ਬਾਬਾ ਜੀ ਉਹ ਆਈਆਂ ਸੰਗਤਾਂ ਦਾ ਧੰਨਵਾਦ ਕਰਨ, ਅਤੇ ਪਰਿਵਾਰ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਆ ਜਾਣ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਤੇ ਕਨਕ ਗਿਆ ਜਤ ਦੇਖਾਂ ਤਤ ਗੋ। ਜਦੋਂ ਗੁਰੂ ਮਹਾਰਾਜ ਦੇ ਬਚਨ ਸੁਣੀਦੇ ਨੇ ਤਾਂ ਅਸੀਂ ਵੀ ਪਹਿਲਾਂ ਕਈ ਵਾਰੀ ਜਦੋਂ ਕਿਸੇ ਮੌਤ ਹੁੰਦੇ ਸੀ ਜਾਂਦੇ ਸੀ ਦਿਲਾਸੇ ਦਿੰਦੇ, ਪਰ ਜਦੋਂ ਇਹ ਆਪਣੇ ਪਰਿਵਾਰ ਵਿੱਚ ਹੁੰਦਾ ਤੂੰ ਦਿਲਾਸਾ ਦਿੰਦਾ ਤਾਂ ਮਨ ਭਰਦਾ ਕਿ ਦੁਨੀਆਦਾਰੀ ਹੈ ਜੋ ਅੱਜ ਕਹਿੰਦੇ ਜੋ ਪਹਾੜ ਉੱਤੇ ਤੇ ਹੋਆ ਉਹ ਆਪਣੇ ਤੇ ਜਾਣ, ਇਹ ਕਲਯੁਗ ਹੈ, ਉਹ ਦੁਨੀਆਦਾਰੀ ਹੈ, ਇੱਥੇ ਰਾਜੇ ਮਹਾਰਾਜੇ ਆਏ, ਭਗਵਾਨ ਆਏ, ਇਹ ਚੀਜ਼ ਹੁੰਦੀ ਰਹਿਣੀ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਕੇ ਹੀ ਜ਼ਿੰਦਗੀ ਦੀ ਲੰਘਾਈਏ ਤਾਂ ਹੀ ਦਿਲਾਸਾ ਮਿਲਦਾ ਹੈ, ਇਹੀ ਸੱਚਾ ਦਿਲਾਸਾ ਗੁਰੂ ਮਹਾਰਾਜ ਜੀ ਦਾ। ਮੇਰੀ ਭੈਣ ਗੁਰਪ੍ਰੀਤ ਕੌਰ ਪਹੁੰਚ ਰਹੇ ਨੇ। ਸਰਕਾਰ ਨੇ ਜੋ ਸਾਡਿਆ ਕੀਤਾ ਬਹੁਤ ਵੱਡਿਆ ਧੱਕਾ ਹੋਇਆ, ਸਰਕਾਰ ਨੇ ਕੁਛ ਨਹੀਂ ਸੋਚਿਆ ਸਾਡੇ ਬਾਰੇ। ਮੇਰੇ ਮਨ ਕਰਦੀ ਕਿਸੇ ਵੀ ਪਰਿਵਾਰ ਨਾਲ ਵੀ ਕਦੇ ਇਹ ਨਾ ਹੋਵੇ ਜੋ ਸਾਡੇ ਨਾਲ ਹੋਵੇ। ਸਰਕਾਰ ਤੋਂ ਕੀ ਮੰਗ ਕਰਦੀ?
ਕਹਿੰਦੇ ਮੇਰੇ ਬੱਚਿਆਂ ਦਾ ਬਣਦਾ ਹੱਥ ਨਹੀਂ ਦਿੱਤਾ ਜਾਵੇ, ਮੇਰੇ ਬੱਚੇ ਰੁੱਲ ਗਏ। ਨਸ਼ਿਆਂ ਦੇ ਕਾਰਨ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਥੋੜ੍ਹੀ ਜਿਹੀ ਜਿਹੜੀ ਸਿਵਿਆਂ ਦੀ ਅੱਗ ਹੈ ਉਹ ਥੋੜ੍ਹੀ ਜਿਹੀ ਠੰਡੀ ਹੋਈ ਹੈ, ਪਰ ਉਸ ਤੋਂ ਜ਼ਿਆਦਾ ਜਿਹੜੀ ਅੱਗ ਦੇ ਭਾਂਬਣ ਨੇ ਪਸ਼ੂਆਂ ਦੇ ਨਾਲ, ਜਿਹੜੀ ਹਰ ਮੋੜ ਦੇ ਉੱਤੇ ਪੰਜਾਬ ਦੇ ਵਿੱਚ ਮੌਤਾਂ ਹੋ ਰਹੀਆਂ ਨੇ, ਉਹ ਜਿਹੜੀ ਉਹ ਅੱਗ ਦੇ ਭਾਂਬਣ ਨੇ ਉਹ ਹੋਰ ਉਸ ਤੋਂ ਵੀ ਜ਼ਿਆਦਾ ਵੱਡੇ ਹੋ ਗਏ। ਮੈਂ ਸਮਝਦਾ ਕਿ ਪੰਜਾਬ ਨੂੰ ਅੱਜ ਇਹ ਦੋ ਵਿਸ਼ਿਆਂ 'ਤੇ, ਨਸ਼ੇ ਅਤੇ ਅਵਾਰਾ ਪਸ਼ੂਆਂ ਦੇ ਕਾਰਨ ਜਿਹੜਾ ਬਹੁਤ ਵੱਡਾ ਘਾਟਾ ਪੈ ਰਿਹਾ। ਅੱਜ ਸਾਡਾ ਭਰਾ ਜਿਹੜਾ ਰਾਜਵੀਰ, ਇਹਦੇ ਪਰਿਵਾਰ ਨੂੰ, ਇਹਦੇ ਰਿਸ਼ਤੇਦਾਰਾਂ ਨੂੰ, ਇਹਦੀ ਧਰਮ ਪਤਨੀ ਨੂੰ, ਇਹਦੇ ਬੱਚਿਆਂ ਨੂੰ ਜੋ ਘਾਟਾ ਪਿਆ ਇਹ ਕਦੀ ਪੂਰਾ ਨਹੀਂ ਹੋ ਸਕਦਾ, ਨਾ ਇਹ ਪੈਸੇ ਨਾਲ ਪੂਰਾ ਹੋ ਸਕਦਾ, ਨਾ ਇਹ ਸਾਡੇ ਸਾਧ ਨਾਲ ਪੂਰਾ ਹੋ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਇਸ ਪਰਿਵਾਰ ਦੀ ਜਿਹੜੀ ਮੰਗ ਹੈ, ਇਸ ਪਰਿਵਾਰ ਦੀ ਜਿਹੜੀ ਸਹਾਇਤਾ ਹੈਗੀ, ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈਗੀ। ਅਤੇ ਜਿਹੜਾ ਨਸ਼ਿਆਂ ਦਾ ਅਤੇ ਜਿਹੜਾ ਅਵਾਰਾ ਪਸ਼ੂਆਂ ਦਾ ਜਿਹੜਾ ਮਸਲਾ, ਇਸ ਮਸਲੇ ਦੇ ਉੱਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਅੱਜ ਪੰਜਾਬ ਦਾ ਹਰ ਪਰਿਵਾਰ ਗਊ ਸੈਂਸ ਦੇ ਵਿੱਚ ਸਰਕਾਰ ਨੂੰ ਇੱਕ ਧਨ ਦੇ ਰਿਹਾ ਹੈਗਾ, ਇੱਕ ਪੈਸਾ ਦੇ ਰਿਹਾ ਹੈਗਾ ਆਪਣੀ ਕਮਾਈ ਦੇ ਵਿੱਚੋਂ, ਪਰ ਫਿਰ ਵੀ ਜਿਹੜੇ ਅਵਾਰਾ ਡੰਗਰ ਨੇ ਇਹ ਜਿਹੜਾ ਸਾਡੀ ਮਨੁੱਖੀ ਜਾਨ ਦੇ ਲਈ ਬਹੁਤ ਵੱਡਾ ਖੌਅ ਬਣੇ ਹੋਏ ਨੇ। ਸੋ ਮੈਂ ਬੇਨਤੀ ਕਰਦਾ ਕਿ ਸਰਕਾਰਾਂ ਇਸ ਪਾਸੇ ਜਲਦੀ ਨਾਲ ਅਤੇ ਪੂਰਾ ਧਿਆਨ ਦੇਣਗੀਆਂ। ਧੰਨਵਾਦ। ਅੱਜ ਅਸੀਂ ਇੱਥੇ ਮੇਰੇ ਜੀਜਾ ਜੀ, ਜੋ ਮੇਰੇ ਭਰਾ ਨਾਲੋਂ ਵੀ ਵੱਧ ਸਨ, ਰਾਜਵੀਰ ਸਿੰਘ ਹਰਿਓ, ਉਹਨਾਂ ਦੇ ਭੋਗ 'ਤੇ ਇਕੱਠੇ ਹੋਏ, ਵੱਖ ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ, ਟੀਚਰ ਯੂਨੀਅਨ ਇਕੱਠੇ ਹੋਈਆਂ, ਸੋਸ਼ਲ ਵਰਕਰ ਇੱਥੇ ਇਕੱਠੇ ਹੋਏ ਨੇ, ਸੰਗਤਾਂ ਦੂਰੋਂ ਦੁਰਾਡੇ ਤੋਂ ਪੂਰੇ ਪੰਜਾਬ ਤੋਂ ਆਏ ਨੇ। ਜੇ ਇੱਕ ਚੀਜ਼ ਵੇਖੀ ਜਾਵੇ, ਜਿੱਦਣ ਉਹਨਾਂ ਦਾ ਐਕਸੀਡੈਂਟ ਹੋਇਆ, ਸ਼ਾਇਦ ਉਹਨਾਂ ਦਾ ਬਚਾਅ ਵੀ ਬਿਨਾਂ ਬਚ ਵੀ ਸਕਦੇ ਸੀ, ਪਰ ਸਰਕਾਰ ਦੀਆਂ ਅਣਗਹਿਲੀਆਂ ਕਰਕੇ, ਪਹਿਲੀ ਗੱਲ ਤਾਂ ਸਾਡੇ ਕੋਲ ਗਊ ਟੈਕਸ ਭਰਾਇਆ ਜਾਂਦਾ, ਜਦੋਂ ਕਿ ਹਰੇਕ ਸ਼ਹਿਰ ਜਾਂ ਪਿੰਡ ਵਿੱਚ ਗਊਸ਼ਾਲਾ ਪਹਿਲਾਂ ਹੀ ਨੇ, ਉਹ ਉਵੇਂ ਹੀ ਚੱਲ ਰਹੀਆਂ ਨੇ। ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਟੈਕਸ ਦਾ ਪੈਸਾ ਕਿਹੜੀ ਗਊਸ਼ਾਲਾ 'ਤੇ ਲੱਗ ਰਿਹਾ। ਅਵਾਰਾ ਪਸ਼ੂ ਅਵਾਰਾ ਹੀ ਫਿਰ ਰਹੇ ਨੇ, ਉਹਨਾਂ ਕੋਲ ਅਸੀਂ ਪੁੰਨ ਦਾ ਕੰਮ ਨਹੀਂ ਕਰ ਸਕਦੇ ਕਿ ਪਿੰਡ ਪਿੰਡ ਗਊਸ਼ਾਲਾ ਦੀ ਥਾਂ 'ਤੇ ਉਹਨਾਂ ਨੂੰ ਢੱਠਿਆਂ ਨੂੰ ਸਾਂਭਣ ਦਾ ਇੰਤਜ਼ਾਮ ਨਹੀਂ ਹੋ ਸਕਦਾ, ਪਰ ਇਹ ਸਰਕਾਰਾਂ ਦੀ ਅਣਦੇਖੀ ਹੈ। ਗਰਾਂਟਾਂ ਆਉਂਦੀਆਂ ਨੇ, ਸਿੱਧੇ ਤੌਰ 'ਤੇ ਖਾ ਲਈਆਂ ਜਾਂਦੀਆਂ ਨੇ, ਰਾਤ ਨੂੰ ਉਹ ਕਾਲੇ ਰੰਗ ਦੇ ਢੱਠੇ ਨੇ। ਪੁਲਿਸ ਵਾਲਿਆਂ ਕੋਲ ਪੇਮੈਂਟ ਪਹੁੰਚਦੀ ਹੈ ਕਿ ਰਿਫਲੈਕਟਰ ਲਾਓ ਇਹਨਾਂ 'ਤੇ, ਪਰ ਕਿਤੇ ਨਹੀਂ ਅਸੀਂ ਅੱਜ ਤੱਕ ਰਿਫਲੈਕਟਰ ਲੱਗਿਆ ਵੇਖਿਆ। ਉਹ ਜਦੋਂ ਉਹਨਾਂ ਨੇ ਅਖਬਾਰਾਂ 'ਚ ਨਿਊਜ਼ ਦੇਣੀ ਹੁੰਦੀ ਆ, ਸਿਰਫ ਦੋ ਕੁ ਢੱਠਿਆਂ ਦੇ ਰਿਫਲੈਕਟਰ ਲਾਏ, ਮੁੜ ਕੇ ਉਹ ਚੀਜ਼ਾਂ ਗੁਪਤ ਹੋ ਜਾਂਦੀਆਂ ਨੇ, ਜਿਹਦੇ ਕਰਕੇ ਕਾਲੇ ਰੰਗ ਦੇ ਢੱਠੇ ਜ਼ਿਆਦਾਤਰ ਰਾਤ ਨੂੰ ਦਿਸਦੇ ਨਹੀਂ, ਅਤੇ ਇਸ ਤਰ੍ਹਾਂ ਐਕਸੀਡੈਂਟਾਂ ਦਾ ਲੋਕ ਸ਼ਿਕਾਰ ਹੁੰਦੇ ਨੇ। ਕਈ ਮਾਵਾਂ ਦੇ ਪੁੱਤ, ਕਈ ਭੈਣਾਂ ਦੇ ਭਰਾ, ਬਹੁਤ ਅਣਦੇਖੀਆਂ ਘਟਨਾ ਹੁੰਦੀਆਂ ਨੇ। ਦੁੱਖ ਹੁੰਦਾ ਜਦੋਂ ਰਾਜਵੀਰ ਸਿੰਘ ਦਾ ਐਕਸੀਡੈਂਟ ਹੋਣ ਤੋਂ ਬਾਅਦ ਅਸੀਂ ਹਸਪਤਾਲ ਲੈ ਕੇ ਗਏ, ਐਡੀ ਬਿਲਡਿੰਗ, ਕਰੋੜਾਂ ਦੀ ਬਿਲਡਿੰਗ ਖੜ੍ਹੀ ਕੀਤੀ ਹੋਈ ਹੈ ਲਹਿਰਾ ਹਸਪਤਾਲ ਦੇ ਵਿੱਚ, ਬਲਾਕ ਲਹਿਰਾ, ਸ਼ਹਿਰ ਲਹਿਰਾ ਦਾ ਹਸਪਤਾਲ ਹੈ ਜੋ ਸਰਕਾਰੀ ਹਸਪਤਾਲ ਹੈ। ਉੱਥੇ ਇੱਕ ECG ਮਸ਼ੀਨ ਨਹੀਂ ਹੈਗੀ, ਕਰੋੜਾਂ ਦਾ ਹਸਪਤਾਲ ਹੋਵੇ, ਬੈੱਡ ਸਾਰੇ ਖਾਲੀ ਹੋਣ, ਅਤੇ ECG ਜੋ 50-60 ਹਜ਼ਾਰ ਦੀ ਮਸ਼ੀਨ ਹੈ ਜਾਂ 1 ਲੱਖ ਰੁਪਏ ਦੀ ਮਸ਼ੀਨ ਹੈ, ਉੱਥੇ ਅਵੇਲੇਬਲ ਨਾ ਹੋਵੇ, ਅਤੇ ਸਾਡਾ ਬੰਦਾ ਉੱਥੇ ਦਮ ਤੋੜ ਦੇਵੇ। ਇਹ ਬਹੁਤ ਬੁਰਾ ਲੱਗਿਆ ਸਾਨੂੰ ਕਿ ਸਰਕਾਰਾਂ ਅਣਦੇਖੀ ਕਰ ਰਹੀਆਂ ਨੇ। ਮੇਰੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ, ਅਤੇ ਇਸ ਚੀਜ਼ਾਂ ਤੋਂ ਬਚਾਅ ਕੀਤਾ ਜਾਵੇ। ਹਰੇਕ ਸਰਕਾਰੀ ਹਸਪਤਾਲ ਦੇ ਵਿੱਚ ਘੱਟੋ ਘੱਟ ਜੋ ਬੱਚੇ ਦੀ ਫਸਟ ਏਡ ਹੋ ਸਕੇ ਜਾਂ ਇਲਾਜ ਹੋ ਸਕੇ, ਘੱਟੋ ਘੱਟ ਉਹ ਚੀਜ਼ਾਂ ਉੱਥੇ ਅਵੇਲੇਬਲ ਹੋਣ, ਤਾਂ ਕਿ ਜੋ ਜਾਨ ਬਚ ਸਕਦੀ ਹੈ ਉਹ ਜਾਨ ਇਸ ਦੁਨੀਆ ਤੋਂ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਮੱਖਣ ਸਿੰਘ ਟੋਲਾਵਾਲ, ਪੰਜਾਬ ਪ੍ਰਧਾਨ GSAISTR ਅਧਿਆਪਕ, ਜੋ ਅੱਜ ਸਾਡੇ ਨਾਲ ਵਾਪਰਿਆ ਉਹਨਾਂ ਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਔਖਾ ਹੈ। ਇਹ ਸਰਕਾਰ ਦੀਆਂ ਗਲਤ ਨੀਤੀਆਂ, ਸਰਕਾਰ ਦੀਆਂ ਗਲਤ ਪਾਲਿਸੀਆਂ ਕਾਰਨ ਅੱਜ ਸਾਨੂੰ ਆਪਣਾ ਇੱਕ ਕੀਮਤੀ ਹੀਰਾ ਜਿਹੜਾ ਗੁਆਉਣਾ ਪਿਆ। ਗੱਲ 15 ਸਤੰਬਰ ਦੀ ਹੈ, ਜਦੋਂ ਅਸੀਂ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਕੇ ਵਾਪਸ ਪਰਤ ਰਹੇ ਸੀ, ਤਾਂ ਸਰਕਾਰ ਨੇ 15 ਸਾਲਾਂ ਤੋਂ 2003 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਜਿਹੜਾ ਸ਼ੋਸ਼ਣ ਹੀ ਕੀਤਾ, ਸਾਨੂੰ ਮੈਂਟਲੀ ਫਿਜ਼ੀਕਲੀ ਟੋਰਚਰ ਹੀ ਕੀਤਾ, ਅਤੇ ਸਾਡੇ ਦਾ ਜਿਹੜਾ ਸ਼ੋਸ਼ਣ ਹੈ ਉਹ ਕੀਤਾ, ਜਿਹਦੇ ਸ਼ੋਸ਼ਣ ਦਾ ਸ਼ਿਕਾਰ ਅੱਜ ਸਾਡਾ ਸਾਥੀ ਰਾਜਵੀਰ ਸਿੰਘ ਹਰਿਓ ਆਪਣੀ ਜੋਬਰ ਭਰ ਜਵਾਨੀ ਦੇ ਵਿੱਚੋਂ ਸਾਡੇ ਹੱਕੀ ਮੰਗਾਂ ਨੂੰ ਮਨਵਾਉਣ ਦੇ ਲਈ ਆਪਣੀ ਕੀਮਤੀ ਜਾਨ ਹੈ ਜਿਹੜੀ ਦੇਣੀ ਪਈ।
जिदी सीधे तो सीधे तौर पर पंजाब की मौजूदा सरकार से प्रशासन है जिन्हें अणगहलियां जिन्हें गलत बनाए हुए रूल कानून कारण अज साडे साथी साडे तो सदा लई विछड़ गया। असी सरकार तो जथेबंदी के तौर पर मंग करते हैं कि परिवार को बनता जिहड़ा सरकार वालों एक जी नूं सरकारी नौकरी तो 10 लाख का मुआवजा सरकार है जिहड़ा उह तुरंत देण दा ऐलान करे। अगर सरकार इस मसले पर कोई स्टैंड नहीं लैंदी तो असी पूरे पंजाब दे विच जंग दा ऐलान करांगे, आर पार की लड़ाई लड़ांगे, इस मेरे वीर नूं इंसाफ दवा के रहांगे। लोड़ पैण ते असी मौजूदा सरकार के मंत्रियों दीआं कोठियां दे घराओ अर्थियां साड़ां अजिहे प्रोग्राम है जिहड़े उलीकण तो एक पल का देरी भी नहीं लावांगे ते सरकार तो मंग करदे आं कि जल्द तो जल्द अपना जिहड़ा साडा वीर दी कुरबानी है इहदा मुल पा के सरकार परिवार नूं सरकारी नौकरी ते 10 लाख के मुआवजे का ऐलान करे।